ਗੁੱਡ ਮਾਰਨਿੰਗ ਫਰੈਂਡਸ ਸਸਿਕਾਲ ਜੀ ਸਾਰਿਆਂ ਨੂੰ ਮੈਂ ਅਮਨ ਮਾਨਸਰ ਤੁਹਾਡਾ ਸਵਾਗਤ ਕਰਦਾ ਹਾਂ ਜੀ ਟਰिपल ए ਬ੍ਰਾਈਟ ਅਕੈਡਮੀ ਦੇ ਸੀਡੀਪੀ ਕੋਰਸ ਦੇ ਅੰਦਰ ਅਸੀਂ ਸੀਡੀਪੀ ਦਾ ਕੋਰਸ ਲਾਂਚ ਕਰ ਚੁੱਕੇ ਹਾਂ ਪੀਐਸ ਟੈਟ ਜੋ ਐਗਜ਼ਾਮ 26 ਮਈ ਨੂੰ ਹੋਣ ਜਾ ਰਿਹਾ ਹੈ ਇਸ ਦੀ ਜਿਹੜੀ ਨੋਟੀਫਿਕੇਸ਼ਨ ਹੈ ਡੇਟ ਵਾਈਜ਼ ਆ ਚੁੱਕੀ ਹੈ ਸਾਡੇ ਡਾਇਰੈਕਟਰ ਸਾਹਿਬ ਨੇ ਪੂਰਾ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਇਆ ਹੈ ਤੇ ਜਿਹੜਾ ਅੱਜ ਦਾ ਸੈਸ਼ਨ ਹੈ ਇਸ ਦੇ ਵਿੱਚ ਆਪਾਂ ਇੰਪੋਰਟੈਂਟ ਟਾਪਿਕ ਡਿਸਕਸ ਕਰਿਆ ਕਰਾਂਗੇ ਜਿਹੜੇ ਐਗਜ਼ਾਮ ਦੇ ਵਿੱਚ ਆਣੇ ਆਣੇ ਹਨ ਉਸ ਤਰੀਕੇ ਦਾ ਮਟੀਰੀਅਲ ਜੋ ਸਾਡਾ ਵੀਡੀਓ ਕੋਰਸ ਦੇ ਅੰਦਰ ਹੈਗਾ ਜੋ ਚੱਲ ਵੀ ਰਿਹਾ ਹੈ ਨਾਲ ਨਾਲ ਰਿਕਾਰਡ ਹੋ ਵੀ ਚੁੱਕਿਆ ਹੈ ਜ ਜਿਹਦੇ ਵਿੱਚ ਤੁਸੀਂ ਡੈਮੋ ਵੀਡੀਓਜ਼ ਨੂੰ ਵੀ ਦੇਖ ਸਕਦੇ ਹੋ ਨਾਲ ਨਾਲ ਤੁਸੀਂ ਇੱਥੇ ਵੀ ਪੜ੍ਹ ਸਕਦੇ ਹੋ ਜੋ ਚੀਜ਼ਾਂ ਮੈਂ ਇੱਥੇ ਤੁਹਾਨੂੰ ਦੱਸਾਂਗਾ ਸੇਮ ਹੀ ਕੰਟੈਂਟ ਹੈ ਤੇ ਇਸ ਦੇ ਕੁਐਸਚਨ ਦੀ ਪ੍ਰੈਕਟਿਸ ਵੀ ਆਪਾਂ ਇੱਥੇ ਕਰਾਂਗੇ ਤੇ ਇਹ ਮੈਂ ਉਮੀਦ ਨਾਲ ਤੁਹਾਨੂੰ ਦੱਸ ਰਿਹਾ ਕਿ ਜੋ ਆਪਾਂ 65 ਕੁਐਸਚਨ ਦਾ ਟਾਰਗੇਟ ਲੈਂਦਾ ਉਹਦੇ ਵਿੱਚੋਂ 50 55 ਬਿਲਕੁਲ ਬੜੇ ਆਰਾਮ ਨਾਲ ਤੁਸੀਂ ਇਹਨੂੰ ਸਹੀ ਕਰਕੇ ਆਓਗੇ ਤੇ ਹਰ ਇੱਕ ਪੁਆਇੰਟ ਨੂੰ ਆਪਾਂ ਇੱਥੇ ਕਵਰ ਕਰਾਂਗੇ ਜੋ ਚੀਜ਼ਾਂ ਇੱਥੇ ਬੜੀ ਸਾਫ ਤੇ ਸੁਥਰੇ ਤਰੀਕੇ ਨਾਲ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਉਹਨੂੰ ਆਪਾਂ ਪੰਜਾਬੀ ਦੇ ਵਿੱਚ ਵੀ ਦੇਖਾਂਗੇ ਕਿ ਕੀ 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 ਚੀਜ਼ਾਂ ਹੁੰਦੀਆਂ ਨੇ ਕੀ ਐਕਸਪਲੇਨੇਸ਼ਨ ਉਹਦੀ ਹੁੰਦੀ ਹੈ ਬਿਲਕੁਲ ਈਜ਼ੀ ਤਰੀਕੇ ਨਾਲ ਆਪਾਂ ਇਹਨੂੰ ਸਟਾਰਟ ਕਰਾਂਗੇ ਤਾਂ ਜਿਹੜੀ ਪਹਿਲੀ ਥਿਊਰੀ ਆ ਆਪਣੀ ਜੀਨ ਪਿਆਜੇ ਦੀ ਥਿਊਰੀ ਹੈ ਮੋਸਟ ਇੰਪੋਰਟੈਂਟ ਟਾਪਿਕ ਹੈ ਜੀ ਜਿਹੜਾ ਆਪਣਾ ਪੀਐਸਟੈਟ ਦੀ ਸੀਡੀਪੀ ਦਾ ਇਹਨੂੰ ਸਬਜੈਕਟ ਵਾਈਜ਼ ਵੀ ਸਵਾਲ ਪੁੱਛਿਆ ਜਾਂਦਾ ਹੈ ਇਹਦਾ ਨਾਰਮਲ ਸਵਾਲ ਵੀ ਇਹਦੇ ਵਿੱਚ ਐਗਜ਼ਾਮ ਦੇ ਪੁੱਛਿਆ ਜਾਂਦਾ ਜੇ ਤੁਸੀਂ ਪਹਿਲਾਂ ਕਦੇ ਐਗਜ਼ਾਮ ਦਿੱਤਾ ਹੈ ਜਾਂ ਤੁਸੀਂ ਪ੍ਰੀਵੀਅਸ ਈਅਰ ਕੁਐਸਚਨ ਜੋ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਦੋ ਸ਼ਬਦ ਇਹਨਾਂ ਦੇ ਥਿਊਰੀ ਦੇ ਬਹੁਤ ਇੰਪੋਰਟੈਂਟ ਹੁੰਦੇ ਨੇ ਅਕਮੋਡੇਸ਼ਨ ਇੱਕ ਸ਼ਬਦ ਹੁੰਦਾ ਜੀ ਇੱਕ ਵਰਡ ਹੁੰਦਾ ਸਿਮੂਲੇਸ਼ਨ ਤੁਸੀਂ ਆਪਦੀ ਕਾਪੀ ਤੇ ਵੀ ਇਸ ਚੀਜ਼ ਨੂੰ ਨੋਟ ਨਾਲ ਦੀ ਨਾਲ ਕਰ ਸਕਦੇ ਹੋ ਇਹ ਤੁਹਾਨੂੰ ਵੈਸੇ ਵੀਡੀਓ ਮਿਲੇਗੀ ਮਿਲੇਗੀ ਉਹਦੇ ਨਾਲ ਜਿਹੜੀ ਪੀਪੀਟੀ ਹੈ ਉਹ ਵੀ ਐਡ ਆਨ ਹੋ ਜਾਏਗੀ ਡਿਸਕ੍ਰਿਪਸ਼ਨ ਲਿੰਕ ਦੇ ਅੰਦਰ ਅਕਮੋਡੇਸ਼ਨ ਤੇ ਅਸਿਮੂਲੇਸ਼ਨ ਤੇ ਨਾਲ ਦੀ ਨਾਲ ਇੱਕ ਵਰਡ ਹੋਰ ਆਂਦਾ ਜੀ ਜਿਹੜਾ ਸਕੀਮਾ ਉਹਦੇ ਇਹ ਤਿੰਨਾਂ ਸ਼ਬਦਾਂ ਦੇ ਨਾਲ ਆਸੇ ਪਾਸੇ ਹੀ ਜੀਨ ਪਿਆਜੇ ਦੀ ਥਿਊਰੀ ਹੈ ਔਰ ਇਵੋਲਵ ਕਰਦੀ ਹੈ ਤੇ ਉਸ ਦੇ ਰਿਗਾਰਡਿੰਗ ਐਗਜ਼ਾਮੀਨਰ ਦਾ ਇਹ ਫੇਵਰਟ ਟਾਪਿਕ ਹੈ ਤੇ ਕੋਈ ਵੀ ਸੀਟ ਐਟ ਐਗਜ਼ਾਮ ਹੈ ਪੀਟੈਡ ਐਗਜ਼ਾਮ ਹੈ ਕੋਈ ਵੀ ਟੀਚਿੰਗ ਐਗਜ਼ਾਮ ਹੈ ਜੀਨ ਪਿਆਜੇ ਤੋਂ ਬਿਨਾ ਜੀ ਉਹਦੇ ਵਿੱਚ ਸਵਾਲ ਪੋਸੀਬਲ ਹੀ ਨਹੀਂ ਹੈਗਾ ਇਹ ਸਵਾਲ ਹਮੇਸ਼ਾ ਬੰਦਾ ਹੀ ਬੰਦਾ ਆਓ ਆਪਾਂ ਇਹਨੂੰ ਦੇਖੀਏ ਵੀ ਕਿਸ ਤਰੀਕੇ ਨਾਲ ਇਹ ਥਿਊਰੀ ਚੱਲਦੀ ਹੈ ਕಾಗ್ਨੀਟਿਵ ਡਵੈਲਪਮੈਂਟ ਦੀ ਥਿਊਰੀ ਹੈ ਕਿ ਮਾਈਂਡ ਕਿਸ ਤਰੀਕੇ ਨਾਲ ਚੱਲ ਰਿਹਾ ਹੈ ਤਾਂ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਜਿੰਨੇ ਵੀ ਸਾਈਕੋਲੋਜਿਸਟ ਹੈ ਉਹਨਾਂ ਦੀ ਫਿਲਾਸਫੀ ਅਲੱਗ-ਅਲੱਗ ਸੀ ਜੀ ਤੇ ਉਸ ਫਲਸਫੀ ਦੇ ਨਾਲ ਹੀ ਆਪਾਂ ਚੱਲਣਾ ਆਪਾਂ ਕੋਈ ਵੀ ਚੀਜ਼ ਕੌਂਟਰਡਿਕਟ ਕਰਕੇ ਨਹੀਂ ਚੱਲਨੇਗੀ ਸਿਰ ਉਹ ਤਾਂ ਇਹ ਕਹਿੰਦਾ ਸੀ ਉਹ ਤਾਂ ਇਹ ਕਹਿੰਦਾ ਸੀ ਉਹ ਸਾਰਿਆਂ ਦੇ ਆਪਣੇ ਆਪਣੇ ਵਿਚਾਰ ਸੀ ਆਪਾਂ ਉਹਨਾਂ ਵਿਚਾਰਾਂ ਨੂੰ ਸਿੱਖਣਾ ਉਹਨਾਂ ਨੂੰ ਲਰਨ ਕਰਨਾ ਤੇ ਆਪਾਂ ਐਗਜ਼ਾਮ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਹੈ ਤੇ ਕੁਆਲੀਫਾਈ ਹੋਣਾ ਹੈ ਜਿਸ ਕਮਿਟਮੈਂਟ ਨਾਲ ਡਾਇਰੈਕਟਰ ਸਾਹਿਬ ਨੇ ਕਿਹਾ ਉਸੇ ਕਮਿਟਮੈਂਟ ਦੇ ਨਾਲ ਹੀ ਆਪਾਂ ਇਸ ਸੈਸ਼ਨ ਦੇ ਵਿੱਚ ਪੂਰੀ ਪ੍ਰੈਕਟਿਸ ਕਰਾਂਗੇ ਪੂਰੇ ਨੋਟਸ ਨੂੰ ਕਵਰ ਕਰਾਂਗੇ ਨਾਲ ਦੇ ਨਾਲ ਜੋ ਜਿਹੜਾ ਵੀਡੀਓ ਕੋਰਸ ਹੈ ਉਹਦੇ ਅੰਦਰ ਵੀ ਪੂਰੀ ਫੁੱਲ ਕਮਿਟਮੈਂਟ ਦੇ ਨਾਲ ਇਹ ਸਾਰੀਆਂ ਚੀਜ਼ਾਂ ਪੜਾਈਆਂ ਗਈਆਂ ਨੇ ਪਹਿਲੀ ਸਟੇਜ ਹੁੰਦੀ ਹੈ ਜੀ ਸੈਂਸਰੀ ਮੋਟਰ ਸਟੇਜ ਜਿਵੇਂ ਕਿ ਪਹਿਲਾ ਸਵਾਲ ਇਹਦਾ ਜਿਹੜਾ ਪੁੱਛਿਆ ਜਾਂਦਾ ਹੈ ਉਹ ਸੈਂਸਰੀ ਮੋਟਰ ਦਾ ਉੱਪਰ ਪੁੱਛਿਆ ਜਾਂਦਾ ਹੈ ਕਿ ਸੈਂਸਰੀ ਮੋਟਰ ਸਟੇਜ ਦੀ ਜਿਹੜੀ ਏਜ ਹੈ ਉਹ ਕਿੰਨੀ ਹੁੰਦੀ ਹੈ ਜਨਮ ਤੋਂ ਲੈ ਕੇ 2 ਸਾਲ ਜਾਂ ਫਿਰ 2 ਤੋਂ 7 ਸਾਲ ਉੱਪਰ ਪਾ ਦਣਗੇ ਪੁੱਛ ਲੈਣਗੇ ਜੀ ਇਹ ਕਿਹੜੀ ਸਟੇਜ ਦੇ ਵਿੱਚ ਪੁੱਛਿਆ ਜਾਂਦਾ ਹੈ ਕੰਕ੍ਰੀਟ ਆਪਰੇਸ਼ਨ 7 ਤੋਂ 12 ਫਾਰਮਲ 12 ਯਾ ਨੋਰਮਲ ਹੁਣ ਤੁਸੀਂ ਇਹ ਨਾ ਸੋਚੋ ਕਿ ਸਰ ਇੱਥੇ ਖਤਮ ਕਰਤਾ ਇਹ ਸਿਰਫ ਇੱਕ ਫੋਟੋ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਸੀ ਕਿ ਪ੍ਰੀਵੀਅਸ ਈਅਰ ਕੁਐਸਚਨ ਕਿਸ ਤਰੀਕੇ ਨਾਲ ਪੁੱਛਿਆ ਜਾਂਦਾ ਹੈ ਤੇ ਹੋਰ ਕਿਸ ਤਰੀਕੇ ਦੇ ਸਵਾਲ ਆਏ ਹੋਏ ਆ ਉਹ ਵੀ ਆਪਾਂ ਸਟੈਪ ਟੂ ਸਟੈਪ ਇੱਥੇ ਪ੍ਰੈਕਟਿਸ ਕਰਿਆ ਕਰਾਂਗੇ ਆਹ ਸ਼ਬਦ ਮੈਂ ਤੁਹਾਨੂੰ ਦੱਸਦਾ ਸੀ ਜੀ ਐਡਾਪਟੇਸ਼ਨ ਆਫ ਸਕੀਮਸ ਇਹ ਇੱਕ ਭੂਮਿਕਾ ਹੈ ਕਿ ਜਿਸ ਤਰੀਕੇ ਤੇ ਐਗਜ਼ਾਮ ਆਪਣਾ ਰਿਵੋਲਵ ਹੁੰਦਾ ਹੈ ਅਸਿਮੀਲੇਸ਼ਨ ਜੀ ਕਿ ਜਿਹੜੀਆਂ ਚੀਜ਼ਾਂ ਨੂੰ ਆਪਾਂ ਹੌਲੀ-ਹੌਲੀ ਐਬਜ਼ਾਰਬ ਕਰਦੇ ਆ ਸਿੱਖਦੇ ਆ ਉਸ ਤੋਂ ਬਾਅਦ ਡਿਸ ਇਕੁਲੀਬਰੀਅਮ ਉਹ ਚੀਜ਼ ਨੂੰ ਆਪਾਂ ਛੱਡ ਦੰਨੇ ਆ ਤੇ ਕੋਈ ਨਵੀਂ ਚੀਜ਼ ਕੀ ਹੋ ਜਾਂਦੀ ਹੈ ਅਕਮੋਡੇਟ ਹੋ ਜਾਂਦੀ ਹੈ ਉੱਥੇ ਰਹਿ ਜਾਂਦੀ ਹੈ ਆਪਣੇ ਦਿਮਾਗ ਦੇ ਅੰਦਰ ਆਪਣੀ ਸੋਸਾਇਟੀ ਦੇ ਥਰੂ ਆਪਣੇ ਪੇਰੈਂਟਸ ਦੇ ਥਰੂ ਕੋਈ ਵੀ ਚੀਜ਼ ਆਪਾਂ ਸਿੱਖ ਰਹੇ ਆ ਫਿਰ ਆਪਾਂ ਉਸੇ ਇਕੁਲੀਬਰੀਅਮ ਦੇ ਵਿੱਚ ਆੰਦੇ ਆ ਫਿਰ ਫਿਰ ਕੋਈ ਨਵੀਂ ਚੀਜ਼ ਸਿੱਖਦੇ ਆ ਫਿਰ ਉਹਨੂੰ ਆਪਾਂ ਬ੍ਰੇਕ ਕਰ ਦੰਨੇ ਆ ਫਿਰ ਫਿਰ ਇਹ ਸਰਕਲ ਹਮੇਸ਼ਾ ਇਸ ਤਰੀਕੇ ਨਾਲ ਹੀ ਚੱਲਦਾ ਰਹਿੰਦਾ ਜੀਨ ਪਿਆਜੇ ਨੇ ਇਹ ਵਾਲੀ ਗੱਲ ਦੱਸੀ ਸੀ ਜੀਨ ਪਿਆਜੇ ਸੀ ਜਿਹੜੇ ਜੋ ਸਵਿੱਚ ਸਾਈਕੋਲੋਜਿਸਟ ਸੀਗੇ ਜਿਹੜੇ ਇਹ ਮੰਨਦੇ ਸੀ ਦਾ ਚਿਲड्रन फ्रॉम ਬਰਥ ਟਿਲ ਦੇ ਬਿਕਮ ਦੀ ਜੰਗ ਅਡਲਟਸ ਕਿ ਜਦੋਂ ਜਨਮ ਤੋਂ ਲੈ ਕੇ ਅਡਲਟ ਬੰਨਣਾ ਹੈ ਉਹ ਤੱਕ ਬਹੁਤ ਸਾਰੀ ਚੀਜ਼ਾਂ ਦੇ ਵਿੱਚ ਕੀ ਹੁੰਦੀ ਹੈ ਜੀ 스테जेस ਦੀ ਡਵੈਲਪਮੈਂਟ ਹੁੰਦੀ ਹੈ ਉਹ ਇਹ ਗੱਲ ਕਹਿੰਦੇ ਸੀ ਕਿ ਜੇ ਡਵੈਲਪਮੈਂਟ ਹੋਏਗੀ ਤਾਂ ਹੀ ਲਰਨਿੰਗ ਹੋਏਗੀ ਕੋਈ ਇਹ ਕਹਿੰਦਾ ਸੀ ਕਿ ਲਰਨਿੰਗ ਹੋਏਗੀ ਤਾਂ ਹੀ ਡਵੈਲਪਮੈਂਟ ਹੋਏਗੀ ਇਸ ਤਰੀਕੇ ਨਾਲ ਟੂ ਅੰਡਰਸਟੈਂਡ ਦੀ ਨੇਚਰ ਆਫ ਦਿਸ ਡਵੈਲਪਮੈਂਟ ਪਿਆਜੇਡ ਕੇਅਰਫੁਲੀ ਅਬਜ਼ਰਵਡ ਦੀ ਬਿਹੇਵਰ ਇਸ ਓਨ 3 ਕਿਡਸ ਹੁਣ ਉਹਨਾਂ ਨੇ ਜੀ ਕਿਸੇ ਹੋਰ ਤੇ ਜਾ ਕੇ ਐਕਸਪੈਰੀਮੈਂਟ ਨਹੀਂ ਕੀਤਾ ਜਿਵੇਂ ਬਾਕੀਆਂ ਨੇ ਪਿਜਨ ਤੇ ਕੈਟ ਤੇ ਰੈਟ ਤੇ ਬਹੁਤ ਸਾਰੇ ਐਨੀਮਲਸ ਤੇ ਹੋਰ ਤਰੀਕੇ ਨਾਲ ਸਟੱਡੀ ਕੀਤੀ ਜਿੰਨੇ ਵੀ ਸਾਈਕੋਲੋਜਿਸਟ ਸੀਗੇ ਇਹਨਾਂ ਨੇ ਜਿਹੜਾ ਬਿਹੇਵੀਅਰ ਜੱਜ ਕੀਤਾ ਜੀ ਆਪਣੇ ਹੀ ਘਰ ਦੇ ਵਿੱਚ ਤਿੰਨ ਬੱਚਿਆਂ ਦਾ ਬਿਹੇਵੀਅਰ ਜੱਜ ਕਰਕੇ ਇੰਨੀ ਵੱਡੀ ਥਿਊਰੀ ਬਣਾਈ ਕಾಗ್ਨੀਟਿਵ ਡਵੈਲਪਮੈਂਟ ਦੀ ਹੀ ਯੂਜ਼ ਟੂ ਪ੍ਰੈਜ਼ੈਂਟ ਪ੍ਰੋਬਲਮਸ ਟੂ 뎀 ਅਬਜ਼ਰਵ ਰਿਸਪਾਂਸਸ ਸਲਾਈਟਲੀ ਆਫਟਰ ਦੀ ਸਿਚੁਏਸ਼ਨ ਸਾਰੀ ਚੀਜ਼ਾਂ ਨੂੰ ਦੇਖਦੇ ਸੀ ਅਬਜ਼ਰਵ ਕਰਦੇ ਸੀ ਜਿਵੇਂ ਆਪਾਂ ਕਹਿ ਦਿੰਦੇ ਨੇ ਕਿ ਬੱਚੇ ਨੂੰ ਆਪਾਂ ਅਬਜ਼ਰਵ ਕਰਕੇ ਕਹਤਾ ਕੀ ਜੀ ਇਹ ਸੋਡੀ ਪ੍ਰੋਬਲਮ ਸੀ ਆਪਾਂ ਨੋਟ ਦਾ ਕਰਦੇ ਨਹੀਂ ਕਿ ਕਰੇ ਕੀ ਗੱਲ ਹੋ ਰਹੀ ਹੈ ਹੁਣ ਜਿਵੇਂ ਤੁਸੀਂ ਐਸ ਨੂੰ ਮੈਂ ਕਿਹਾ ਜੀ ਕਾਪੀ ਦੇ ਨਾਲ ਦੇ ਨਾਲ ਇੱਕ ਇੱਕ ਪੁਆਇੰਟ ਨੋਟ ਕਰਦੇ ਜਾਈਓ ਉਸ ਤਰੀਕੇ ਨਾਲ ਆਪਾਂ ਸਟੱਡੀ ਕਰ ਰਹੇ ਹਾਂ ਕੋਈ ਵੀ ਚੀਜ਼ ਦੇ ਵਿੱਚ ਨਹੀਂ ਸਮਝ ਆਇਆ ਵੀਡੀਓ ਹੈਗਾ ਜੀ ਉਹਦੇ ਥੱਲੇ ਕਮੈਂਟ ਹੁੰਦਾ ਜੀ ਉਹਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿਹੜੀ ਚੀਜ਼ ਸਮਝ ਆ ਗਈ ਕਿਹੜੀ ਜੀ ਨਹੀਂ ਸਮਝ ਆਈ ਆਪਾਂ ਅਗਲੀ ਵੀਡੀਓ ਦੇ ਵਿੱਚ ਫਿਰ ਉਹ ਦੇਖ ਲਾਂ ਕਿਉਂਕਿ ਉਹ ਮੈਂ ਤੁਹਾਨੂੰ ਨਾਲ-ਨਾਲ ਦੱਸਦਾ ਰਵਾਂਗਾ ਨਾਲ ਕਮੈਂਟ ਦੇ ਉੱਪਰ ਅਗੇਨ ਅਬਜ਼ਰਵ ਦ ਰੈਫਰੈਂਸ ਕਿ ਪਹਿਲਾਂ ਉਹਨੇ ਇਹ ਕੀਤਾ ਫਿਰ ਦੂਸਰੀ ਵਾਰ ਹੁਣ ਜੇ ਆਪਾਂ ਆਪਾਂ ਬੱਚੇ ਨੂੰ ਅਪਰੀਸ਼ੀਏਟ ਕਰਦੇ ਆ ਕਿ ਅੱਛਾ ਉਹ ਬੱਚਾ ਕੁਰਲੀ ਕਰ ਰਿਹਾ ਸੀ ਜਾਂ ਬੁਲਬਲੇ ਫੁਲਾ ਰਿਹਾ ਸੀ ਜਾਂ ਕੋਈ ਹਨਾ ਛੋਟਾ ਬੱਚਾ ਕੋਈ ਗਲਤ ਆਪਾਂ ਨੂੰ ਲੱਗਦਾ ਸੀ ਉਹ ਉਹਨੇ ਗਲਤ ਜੀ ਚੱਕ ਲਈ ਮੂੰਹ ਦੇ ਵਿੱਚ ਪਾ ਲਈ ਆਪਾਂ ਅਬਜ਼ਰਵ ਕਰਕੇ ਉਹਨੂੰ ਰੋਕ ਦਿੱਤਾ ਫਿਰ ਆਪਾਂ ਨੈਕਸਟ ਟਾਈਮ ਫਿਰ ਉਹ ਚੀਜ਼ ਨੂੰ ਦੇਖਾਂਗੇ ਪਿਆਜੇਟ ਕਾਲ ਦਿਸ ਮੈਥਡ ਇਜ਼ ਦੀ ਐਕਸਪਲੋਰਿੰਗ ਡਿਵੈਲਪਮੈਂਟ ਐਂਡ ਦੀ ਕਲੀਨਿਕਲ ਇੰਟਰਵਿਊ ਇਹਨੇ ਇਹ ਸ਼ਬਦ ਦਿੱਤਾ ਇੱਕ ਇੱਕ ਜਿਹੜਾ ਸ਼ਬਦ ਇਥੇ ਇੰਗਲਿਸ਼ ਦਾ ਲਿਖਿਆ ਹੋਇਆ ਜੀ ਉਹ ਸਾਰੇ ਸ਼ਬਦ ਐਗਜ਼ਾਮ ਦੇ ਹਿਸਾਬ ਨਾਲ ਐਗਜ਼ਾਮ ਪੈਟਰਨ ਦੇ ਹਿਸਾਬ ਨਾਲ ਚੂਜ਼ ਕੀਤੇ ਗਏ ਆ ਕਿਉਂਕਿ ਹੋਰ ਬਹੁਤ ਸਾਰੇ मीनिंग ਹੁੰਦੇ ਜਿਵੇਂ ਆਪਾਂ ਇੱਕ ਅਪੋਲੋਜਾਈਜ਼ ਪਾਰਡਨ ਸੌਰੀ ਫੋਰਗਿਵ ਅਲੱਗ ਅਲੱਗ मीनिंग ਹੁੰਦੇ ਆ ਉਹ ਮੈਂ ਬਿਲਕੁਲ ਸੌਖੀ ਇੰਗਲਿਸ਼ ਦੇ ਵਿੱਚ ਤੇ ਸੌਖੀ ਟਰਾਂਸਲੇਸ਼ਨ ਦੇ ਵਿੱਚ ਮੈਂ ਤੁਹਾਨੂੰ ਇਹ ਇਕੱਲੀ ਇਕੱਲੀ ਗੱਲ ਸਮਝਾ ਰਿਹਾ ਹਾਂ ਪਿਆਜੇ ਦਾ ਜਿਹੜਾ ਵਿਸ਼ਵਾਸ ਸੀਗਾ ਜੀ ਹਿਊਮਨ ਆਲਸੋ ਐਡਾਪਟ ਟੂ देयर ਫਿਜ਼ੀਕਲ ਐਂਡ ਸੋਸ਼ੀਅਲ এনवायरमेंट ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਕਿ ਜਿਸ ਤਰੀਕੇ ਨਾਲ ਉਹਦਾ ਫਿਜ਼ੀ ਜਿਸ ਤਰੀਕੇ ਨਾਲ ਸਮਾਜਿਕ ਵਿਕਾਸ ਹੋਏਗਾ এনवायरमेंट ਇਨ ਵਿੱਚ ਦੇ ਲਿਵ ਜਿਹੜੇ এনवायरमेंट ਦੇ ਵਿੱਚ ਉਹ ਰਹਿਣਗੇ ਹੁਣ ਜਿਸ এনवायरमेंट ਦਾ ਮਤਲਬ ਕਿ ਬੱਚਾ ਕਿਤੇ ਕਿਹੜੇ ਵੀ ਦੇਸ਼ 'ਚ ਪੈਦਾ ਹੋਇਆ ਕਿਹੜੇ ਵੀ ਰਾਜ 'ਚ ਪੈਦਾ ਹੋਇਆ ਜਿਹੜਾ ਦਾ ਸੋਸ਼ਲ এনवायरमेंट ਹੋਏਗਾ ਉਹ ਡਿਸਾਈਡ ਕਰੇਗਾ ਉਹਦੀ ਫਿਜ਼ੀਕਲ ਆਪਾਂ ਕਹੇ ਜੀ ਨਹੀਂ ਜੀ ਮਾਈਂਡ ਬਹੁਤ ਅੱਛਾ ਜੀ ਫਿਜ਼ੀਕਲ ਵੀਕ ਹੈ ਜੀ ਉਸ ਮਾਈਂਡ ਨੂੰ ਨਹੀਂ ਅੱਗੇ ਲੈ ਕੇ ਜਾਏਗਾ ਹੁਣ ਜੇ ਸਮਾਜ ਦੇ ਵਿੱਚ ਕੀ ਹੈ ਕਿ ਮੰਨ ਲਓ ਬਹੁਤ ਸਾਰੇ ਤਰੂਤੀਆਂ ਬਹੁਤ ਸਾਰਾ ਰੋਲਰਪਾ ਹੈ ਬਹੁਤ ਸਾਰਾ ਨਾ ਲੜਾਈ ਹੋ ਰਹੀ ਆ ਉਹਦੇ ਵਿੱਚ ਕੀ ਪ੍ਰੋਬਲਮ ਹੋਏਗੀ ਫਿਰ ਉਹ ਅੱਗੇ ਜਾ ਕੇ ਉਹਨੂੰ ਲੱਗੇਗਾ ਕਿ ਬਹੁਤ ਸਾਰੇ ਦਿੱਕਤਾਂ ਆ ਗਿਆ ਜਿਵੇਂ ਕਿ ਤੁਸੀਂ ਦੇਖਿਆ ਯੁੱਧ ਚੱਲ ਰਿਹਾ ਅਲੱਗ-ਅਲੱਗ ਦੇਸ਼ ਦੇ ਅਲੱਗ-ਅਲੱਗ ਪਾਸੇ WHO ਨੇ ਵੀ ਕਿਹਾ ਬਹੁਤ ਸਾਰੇ ਬੱਚੇ ਸ਼ਰਨਾਰਥੀ ਹੋ ਗਏ ਹੁਣ ਉਹਨਾਂ ਬੱਚਿਆਂ ਦਾ ਦੇਖੋ ਕਿ ਫਿਜ਼ੀਕਲ ਵਿਕਾਸ ਤੇ ਸੋਸ਼ਲ ਵਿਕਾਸ ਜਿਹੜਾ ਹੋ ਜੂਗਾ ਜੀ ਰੁਕ ਜਾਏਗਾ ਦਾ ਪ੍ਰੋਸੈਸ ਆਫ ਅਡਾਪਸ਼ਨ ਬਿਗਿਨਸ ਸਿンス ਬਰਥ ਕਿੱਥੋਂ ਸ਼ੁਰੂ ਹੁੰਦਾ ਜੀ ਢਲਣ ਦਾ ਪ੍ਰੋਸੈਸ ਅਡਾਪਟੇਸ਼ਨ ਜਿਹਨੂੰ ਆਪਾਂ ਕਹਿੰਦੇ ਕਿ ਢਲਣਾ ਕਹਿ ਦਿੰਨੇ ਆ ਕਿ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਇਹ ਲੈ ਪੁਆਇੰਟ ਹੈ ਜੀ ਅਸਿਮੀਲੇਸ਼ਨ ਜਿਹੜੀ ਮੈਂ ਸੋਨ ਗੱਲ ਦੱਸੀ ਕਿ ਐਬਜ਼ੌਰਬ ਕਰਨਾ ਕੋਈ ਚੀਜ਼ ਸਿੱਖਣਾ ਇਹ ਦੋਹੇ ਸ਼ਬਦ ਤੁਹਾਨੂੰ ਪੇਪਰ ਦੇ ਵਿੱਚ ਜ਼ਰੂਰ ਮਿਲਣਗੇ ਮੈਂ ਸੋਹੇ ਗੱਲ ਪੂਰੀ ਠੋਕ ਕੇ ਕਹਿ ਰਿਹਾ ਕਿ ਇਹ ਪਿਛਲੇ 7 ਸਾਲਾਂ ਨਾਲ ایکسپੀਰੀਅੰਸ ਹੈ ਇਹ ਤੁਹਾਨੂੰ ਅੱਜ ਫਸਟ ਟਾਈਮ ਮੈਂ ਇਸ YouTube ਦੇ ਮਾਧਿਅਮ ਨਾਲ ਇਹ ਗੱਲ ਸਮਝਾ ਰਿਹਾ ਕਿ ਇਹ ਇਗਜ਼ਾਮ ਦੇ ਵਿੱਚ ਤੁਹਾਨੂੰ ਜ਼ਰੂਰ ਮਿਲਣਗੇ ਪੈਂਡ ਦੇ ਵਿੱਚ ਕਿਸੇ ਵੀ ਪਾਰਟ ਦੇ ਵਿੱਚ ਤੁਹਾਨੂੰ ਇਹ ਸਵਾਲ ਆ ਸਕਦਾ ਤੇ ਆਪਾਂ ਸਹੀ ਕਰਕੇ ਆਉਣਾ ਸਾਰੇ ਸਵਾਲ ਅਸਿਮੀਲੇਸ਼ਨ ਇਟ ਰੈਫਰ ਟੂ ਦੀ ਪ੍ਰੋਸੈਸ ਬਾਏ ਵਿਚ ਨਿਊ ਆਬਜੈਕਟ ਤੁਸੀਂ ਨਾਲ ਨਾਲ ਰੀਡ ਵੀ ਕਰ ਸਕਦੇ ਮੈਂ ਵੀ ਤੁਹਾਡੇ ਲਈ ਰੀਡ ਕਰਾਂਗਾ ਸੋ ਦੈਟ ਤੁਸੀਂ ਇਸ ਮਾਈਂਡ ਨੂੰ ਪ੍ਰੋਪਰ ਟ੍ਰੇਨ ਕਰਪਾ ਬਾਈ ਵਿਚ ਨਿਊ ਆਬਜੈਕਟ ਇਵੈਂਟਸ ਆਰ ਗ੍ਰੈਸਪਡ অর ਇਨਕੋਰਪੋਰੇਟਡ ਮੀਨਸ ਕੋਈ ਨਵਾਂ ਇਵੈਂਟ ਹੋਇਆ ਕੋਈ ਨਵੀਂ ਚੀਜ਼ ਹੋਈ ਉਹ ਆਪਣੇ ਮਾਈਂਡ ਨੂੰ ਕੀ ਕਰ ਲਿਆ ਪਕੜ ਲਿਆ ਜਾਂ ਉਹਦੇ ਨਾਲ ਆਪਾਂ ਜੁੜ ਗਏ ਵਿਦਦੀ ਸਕੋਪ ਆਫ ਐਗਜ਼ਿਸਟਿੰਗ ਸਕੀਮਾ অর ਦੀ ਸਟਰਕਚਰ ਕੀ ਹਾਂਜੀ ਇੱਕ ਨਵੇਂ ਸਕੋਪ ਨਾਲ ਕੀ ਕੋਈ ਚੀਜ਼ ਨਵੀਂ ਹੋਏਗੀ ਦੈਟ ਇਜ਼ ਕਾਲਡ ਐਜ਼ ਅ ਅਸਿਮਿਲੇਸ਼ਨ ਕੀ ਚੀਜ਼ ਨੂੰ ਆਪਾਂ ਐਬਜ਼ੌਰਬ ਕਰ ਲਿਆ ਜਿਹੜੇ ਕੋ ਸਾਇੰਸ ਦੇ ਵਿਦਿਆਰਥੀ ਹੋਣਗੇ ਉਹ ਸਿਮੂਲੇਸ਼ਨ ਇਹ ਵੀ ਕਹਣਗੇ ਕਿ ਸਰਸ ਜੇ ਆਪਾਂ ਫੂਡ ਮੈਸਟੀਗੇਸ਼ਨ ਪ੍ਰੋਸੈਸ ਨਾਲ ਚੂ ਕੀਤਾ ਤਾਂ ਫੂਡ ਜਿਹੜਾ ਅਬਜ਼ੌਰਬ ਕਹਿੰਦੇ ਉਹਨੂੰ ਵੀ ਅਸਿਮੂਲੇਸ਼ਨ ਕਹਿੰਦੇ ਆ ਵਰਡ ਉਹੀ ਹੈ ਕਿ ਜਿਹੜੇ ਵਿਚਾਰ ਆ ਜਾਂ ਜੋ ਵੀ ਇਵੈਂਟਸ ਆਪਣੇ ਸਾਹਮਣੇ ਹੋਏ ਉਹਨੂੰ ਆਪਾਂ ਕੀ ਕਰਨਾ ਹੈ ਜੀ ਅਬਜ਼ੌਰਬ ਕਰਨਾ ਉਹਨੂੰ ਆਪਾਂ ਸਮਝਣਾ ਹੈ ਅਕਮੋਡੇਸ਼ਨ ਜਿਹੜਾ ਉੱਥੇ ਰਹਿ ਪਿਆ ਇਟ ਇਜ਼ ਦੀ ਪ੍ਰੋਸੈਸ ਥਰੂ ਵਿਚ ਦੀ ਐਗਜ਼ਿਸਟਿੰਗ ਸਕੀਮਾ ਸਟਰਕਚਰ ਇਜ਼ ਮੋਡੀਫਾਈ ਟੂ ਮੀਟ ਦੀ ਰੈਜ਼ਿਸਟੈਂਸ ਔਰ தி ਸਟੇਡ ਫਾਰਵਰਡ ਗ੍ਰਾਸਪਿੰਗ অর ਅਸਿਮੂਲੇਸ਼ਨ ਆਫ ਅ ਨਿਊ ਆਬਜੈਕਟ অর தி ਇਵੈਂਟ ਕਿ ਪਹਿਲਾ ਵਿਚਾਰ ਕੁਝ ਹੋਰ ਸੀ ਜਦੋਂ ਆਪਾਂ ਐਬਜ਼ੌਰਬ ਕਰਨ ਲਈ ਗਏ ਪੁਰਾਣੇ ਵਾਲੇ ਨਾਲ ਥੋੜੀ ਜਿਹੀ ਰੈਜ਼ਿਸਟੈਂਸ ਆ ਹੋਊਗੀ ਕਿ ਨਹੀਂ ਮੈਂ ਬਦਲ ਸਕਦਾ ਨਹੀਂ ਮੈਂ ਚੇਂਜ ਹੋ ਸਕਦਾ ਜਿਵੇਂ ਕਿ ਪਹਿਲਾ ਪੀਐਸਟੈਟ ਦਾ ਐਗਜ਼ਾਮ ਜਿਹੜਾ ਹੁਣੇ 2023 ਦੇ ਵਿੱਚ ਹੋਇਆ ਸੀ ਜਦੇ ਵਿੱਚ ਇੱਕ ਦੋ ਮਿਸਟੇਕਸ ਵੀ ਸੀ ਐਸਐਸਸੀ ਦੇ ਪੇਪਰ ਜਿਵੇਂ ਆਪਾਂ ਕੁਝ ਆਨਸਰ ਸੀ ਬੋਲਡ ਹੋਏ ਹੋਏ ਸੀਗੇ ਉਹਦੇ ਵਿੱਚ ਵੀ ਇਹ ਸਵਾਲ ਪੁੱਛੇ ਗਏ ਤਾਂ ਤੁਸੀਂ ਦੇਖੋ ਉਹਦੇ ਵਿੱਚ ਫਿਲਿੰਗ ਦੀ ਬਲੈਂਕਸ ਵੀ ਸੀਗਾ ਜੀ ਆਪਾਂ ਸਟੇਟਮੈਂਟ ਵਾਈਜ਼ ਕੁਐਸਚਨ ਵੀ ਸੀਗਾ ਸਰਸ਼ਿਆ ਰੀਜ਼ਨਿੰਗ ਵੀ ਸੀਗਾ ਪਹਿਲਾਂ ਆਪਣੇ ਕੋਲ ਸਿਮੂਲੇਸ਼ਨ ਦੇ ਵਿੱਚ ਕੀ ਸੀ ਕੀ ਸਿੰਪਲ ਸਿੰਪਲ ਸਵਾਲ ਪੁੱਛੇ ਜਾਂਦੇ ਜੀ ਬਸ ਆਪਾਂ ਆਂਸਰ ਟਿਕ ਲਾ ਕੇ ਆ ਜਾਾਂਗੇ ਨਹੀਂ ਹੁਣ ਡੈਫੀਨੇਸ਼ਨ ਬਾਰੇ ਵੀ ਪੁੱਛਿਆ ਜਾ ਰਿਹਾ ਹੈ ਕਿ ਇਹਦਾ ਮਤਲਬ ਕੀ ਹੈ ਬਹੁਤ ਸਾਰੇ ਚੀਜ਼ਾਂ ਕੀ ਹੈ ਜੀ ਲੈਵਲ ਉੱਪਰ ਉੱਠ ਚੁੱਕਿਆ ਹੁਣ ਤੁਸੀਂ ਕਮੋਡੇਟ ਕੀ ਕਰਨਾ ਹੈ ਜੀ ਮੰਨ ਲਓ ਸਿਮੂਲੇਸ਼ਨ ਹੋ ਗਈ ਜੀ ਸਾਰੀਆਂ ਚੀਜ਼ਾਂ ਅਬਜ਼ੌਰਬ ਕਰ ਲਈਆਂ ਹੁਣ ਕਮੋਡੇਟ ਕੀ ਕਰਨਾ ਕਿ ਆਪਾਂ ਪੇਪਰ ਦੇ ਹਿਸਾਬ ਨਾਲ ਆਪਾਂ ਚੱਲਣਾ ਹੈ ਤੇ ਉਸ ਚੀਜ਼ ਨੂੰ ਰਜਿਸਟਰ ਨੂੰ ਦੂਰ ਕਰਕੇ ਸਟੇਟ ਫਾਰਵਰਡ ਗ੍ਰੈਸਪ ਕਰਨਾ ਹੈ ਅਸਿਮਿਲੇਸ਼ਨ ਆਫ ਅ ਨਿਊ ਆਬਜੈਕਟ ਔਰ ਇਵੈਂਟ ਅਸਿਮਿਲੇਸ਼ਨ ਉਹੀ ਕਿ ਐਬਜ਼ੌਰਬ ਕਰਕੇ ਨਵੇਂ ਆਬਜੈਕਟ ਨੂੰ ਨਵੀਂ ਚੀਜ਼ ਨੂੰ ਜਾਂ ਨਵੇਂ ਇਵੈਂਟ ਨੂੰ ਨਵਾਂ ਕੋਈ ਇਵੈਂਟ ਆਪਣੇ ਲਈ ਹੋਇਆ ਉਮੀਦ ਹੈ ਅਸਿਮਿਲੇਸ਼ਨ ਤੇ ਅਕਮੋਡੇਸ਼ਨ ਸੁਣੋ ਇਹ ਗੱਲ ਕਲੀਅਰ ਹੋ ਚੁੱਕੀ ਹੈ ਫਿਰ ਅਸਿਮਿਲੇਸ਼ਨ ਤੇ ਅਕਮੋਡੇਸ਼ਨ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਕਿੰਨਾ ਚੀਜ਼ਾਂ ਉੱਤੇ ਭਾਰੀ ਪੈਂਦੇ ਕਿਹੜੇ ਐਲੀਮੈਂਟ ਨੇ ਜਿਹੜੇ ਇਹਦਾ ਇਨੂੰ ਪ੍ਰਭਾਵਿਤ ਕਰਦੇ ਨੇ ਪਹਿਲਾ ਪੁਆਇੰਟ ਜਿਹੜਾ ਆ ਗਿਆ ਜੀ ਆਪਾਂ ਕਹਿ ਦਨੇ ਆ ਜੀ ਮੈਚਿਓਰਿਟੀ ਕਿ ਕਿਸ ਤਰੀਕੇ ਨਾਲ ਬੱਚੇ ਦੀ ਮੈਚਿਓਰਿਟੀ ਹੈਗੀ ਆਪਾਂ ਕਹਿ ਦਨੇ ਆ ਕਿ ਇਹ ਉਮਰ ਦੇ ਹਿਸਾਬ ਨਾਲ ਨਹੀਂ ਗੱਲ ਕਰ ਰਿਆ ਇਹ ਉਮਰ ਤੋਂ ਵੱਡੇ ਹਿਸਾਬ ਨਾਲ ਗੱਲ ਕਰ ਰਿਹਾ ਆਪਾਂ ਕਹਿੰਨਾ ਕਿ ਮੈਂਟਲ ਏਜ ਇਹ ਹੈ ਕਰੋਨੋਲੋਜੀਕਲ ਏਜ ਕਿ ਉਮਰ 10 ਸਾਲ ਹੈ ਜੀ ਮੈਂਟਲ ਏਜ 12 ਸਾਲ ਹੈ ਜੀ ਘੱਟ ਵੀ ਹੋ ਸਕਦੀ ਹੈ ਐਕਸਪੀਰੀਅੰਸ ਕਿਹੜਾ ਜੀ ਜਿਹੜਾ ਸੋਸਾਇਟੀ ਦੇ ਵਿੱਚ ਹੈ ਜਿਹੜਾ ਫਿਜ਼ੀਕਲ ਐਕਸਪੀਰੀਅੰਸ ਹੈ ਬੱਚੇ ਦਾ ਕਿਵੇਂ ਆਇਆ ਜੀ ਇਹ ਦੋਵੇਂ ਚੀਜ਼ਾਂ ਮੈਚਿਓਰਿਟੀ ਥਰਡ ਪੁਆਇੰਟ ਦੇ ਸੋਸ਼ਲ ਟਰਾਂਸਮਿਸ਼ਨ ਜੋ ਸਮਾਜ ਨੇ ਅੱਗੇ ਟਰਾਂਸਮਿਟ ਕੀਤਾ ਲਰਨਿੰਗ ਥਰੂ ਲੈਂਗੁਏਜ ਭਾਸ਼ਾ ਥਰੂ ਉਹਨੇ ਇਹ ਗੱਲ ਸਿੱਖੀ ਸਕੂਲਿੰਗ ਔਰ ਟੀਚਿੰਗ ਬਾਏ ਦੀ ਪੇਰੈਂਟਸ ਪੇਰੈਂਟਸ ਦੇ ਥਰੂ ਜਿਹੜੀ ਸਕੂਲਿੰਗ ਹੋਈ ਜਿਹੜੀ ਪੜਾਇਆ ਗਿਆ ਜਾਂ ਜਦੋਂ ਸਕੂਲ ਦੇ ਵਿੱਚ ਗਿਆ ਉੱਥੇ ਜਿਹੜੀਆਂ ਚੀਜ਼ਾਂ ਸਿੱਖਿਆ ਜਿਵੇਂ ਆਪਾਂ ਕਹਿ ਦਿੰਦੇ ਨੇ ਕਿ ਕੋਈ ਵੀ ਬੱਚਾ ਕ੍ਰਾਈਮ ਕਰਨਾ ਨਹੀਂ ਸਿੱਖਦਾ ਉਹ ਆਪਦੇ ਪ੍ਰੋਕਸੀਮਿਟੀ ਚੋਂ ਉਹ ਆਪਦੇ ਆਸੇ ਪਾਸੇ ਤੋਂ ਪ੍ਰੋਕਸੀਮਿਟੀ ਵਰਡ ਆਪਾਂ ਵਾਈਗੋਸਕੀ ਦੇ ਵਿੱਚ ਪੜਾਂਗੇ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਉਹਦੀ ਗੱਲ ਇਹੇ ਇਹੀ ਗੱਲ ਉੱਥੇ ਚੱਲੇਗੀ ਲੈਂਗੁਏਜ ਸਕੂਲਿੰਗ ਔਰ ਟੀਚਿੰਗ ਬਾਈ ਦੀ ਪੇਰੈਂਟਸ ਕੀ ਮਾਤਾ ਪਿਤਾ ਦਾ ਕੀ ਹੁੰਦਾ ਜੀ ਪਹਿਲਾ ਰੋਲ ਹੁੰਦਾ ਮਾਤਾ ਪਿਤਾ ਹੀ ਪਹਿਲੇ ਗੁਰੂ ਹੁੰਦੇ ਆ ਜਿਹੜੇ ਬੱਚੇ ਨੂੰ ਮਚ्योर ਤੇ ਐਕਸਪੀਰੀਅੰਸ ਦਿੰਦੇ ਆ ਉਹ ਸੋਸ਼ਲ ਟਰਾਂਸਮਿਸ਼ਨ ਹੁੰਦਾ ਹੁਣ ਜੇ ਆਪਾਂ ਚੰਗੀਆਂ ਚੀਜ਼ਾਂ ਦੇਵਾਂਗੇ ਚੰਗਾ ਸਿੱਖਣਗੇ ਜੋ ਆਸ-ਪਾਸ ਨਿਊਟਰਲ ਰਹਿ ਮੰਗਦਾ ਨਿਊਟਰਲ ਰਹਿ ਜਾਣਗੇ ਉਸ ਤੋਂ ਬਾਅਦ ਉਹੀ ਇਕੁਲੀਰਮ ਕੀ ਉਸ ਦੇ ਆਸ-ਪਾਸੇ ਹੀ ਕੀ ਆ ਜੀ ਕੁਮਦਾ ਰਹੇਗਾ ਉਹਦੇ ਆਸੇ-ਪਾਸੇ ਹੀ ਸਾਰੀਆਂ ਚੀਜ਼ਾਂ ਚੱਲਣਗੀਆਂ ਹੁਣ ਆਪਾਂ ਕਹਿ ਦਿੰਦੇ ਨੇ ਜੀ ਕਿ ਇੱਕ ਬੰਦਾ ਪੁੰਨ ਕਰ ਰਿਹਾ ਇੱਕ ਬੰਦਾ ਪਾਪ ਕਰ ਰਿਹਾ ਉਹ ਕੈਟਾਗਰੀ ਕੀ ਹੈ ਜੀ ਇਕੁਇਲਿਬ੍ਰੀਅਮ ਦੀ ਕੈਟਾਗਰੀ ਹੈ ਹੁਣ ਉਹੀ ਗੱਲ ਕਹਿ ਦਿੱਤੀ ਜਾਂਦੇ ਕਿ ਪਾਪ ਉਹ ਕਿਉਂ ਨਹੀਂ ਕਰ ਰਿਹਾ ਕਿਉਂਕਿ ਉਹ ਪੋਟੈਂਸ਼ੀਅਲ ਹੀ ਛੱਡ ਚੁੱਕਿਆ ਹੈ ਕੀ ਇਹ ਕਰਨਾ ਹੈ ਉਹ ਪੁੰਨੇ ਵਾਲੇ ਪਾਸੇ ਹੀ ਮਤਲਬ ਗੁੱਡ ਡੀਡ ਸੇ ਕਰੇਗਾ ਚੰਗੇ ਕੰਮ ਕਰੇਗਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਆਪਾਂ ਪਾਪ ਪੁੰਨ ਦਾ ਐਗਜ਼ਾਮਪਲ ਇਹ ਲੈ ਲੈਂਦੇ ਕਿ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਹਿਊਮਨਿਜ਼ਮ ਦੇ ਤੌਰ ਤੇ ਇਨਸਾਨ ਹਾਂਜੀ 스테जेस ਆਫ ਕੌਗਨੀਟਿਵ ਡਵੈਲਪਮੈਂਟ ਪਿਆਜੇ ਹੈ ਇਡੈਂਟੀਫਾਈ ਫੋਰ ਸੀਕੁਐਂਸ਼ੀਅਲ 스테जेस ਥਰੂ ਵਿਚ ਐਵਰੀ ਇੰਡੀਵਿਜੂਅਲ ਪ੍ਰੋਗਰੈਸ ਇਨ ਦੀ ਕੌਗਨੀਟਿਵ ਡਵੈਲਪਮੈਂਟ ਹੁਣ ਤੁਸੀਂ ਦੇਖੋਗੇ ਕਿ ਜਿਹੜੀਆਂ ਪਹਿਲੀ 스테ਜ ਦੇ ਵਿੱਚ ਜਿਹੜਾ ਫੋਟੋਆਂ ਦੇਖਿਆ ਉਹ ਕਹਿੰਦੇ ਇੰਨਾ 스테जेस ਥਰੂ ਹੀ ਕੀ ਹੋਊ ਜੀ ਡਵੈਲਪਮੈਂਟ ਹੋਊਗੀ ਪਹਿਲਾ ਸਵਾਲ ਸੁਣ ਮੈਂ ਯਾਦ ਕਰਵਾ ਦਿੱਤਾ ਸੀ ਕਿ 스테ਜ ਪੁੱਛੀ ਜਾਊਗੀ ਇਹਰ ਪੁੱਛਿਆ ਜਾਊਗਾ ਫਿਰ ਇੱਕ ਹੋਰ ਸਵਾਲ ਹੈ ਜਿਹੜਾ ਆਪਾਂ ਅੱਗੇ ਵੀ ਦੇਖਾਂਗੇ ਕਿ ਇੰਨਾ ਸਟੇਜੇ ਦੀ ਪ੍ਰੋਪਰਟੀ ਕੀ ਹੈ ਕਿ 2 ਸਾਲ ਦੀ ਉਮਰ ਤੱਕ ਬੱਚਾ ਪਕੜਨਾ ਸਿੱਖਦਾ ਹੈ ਸੈਂਸੇਸ਼ਨ ਕਰਨਾ ਸਿੱਖਦਾ ਫਿਰ 2 ਤੋਂ 7 ਦੇ ਵਿੱਚ ਕੀ ਹੈ ਜੀ 7 ਤੋਂ 11 12 ਦੇ ਵਿੱਚ ਕੀ ਹੈ ਜੀ ਫਿਰ 11 12 ਪਲੱਸ ਤੇ ਇਹਦੇ ਸਵਾਲ ਵੀ ਬਹੁਤ ਪੈਟਾ ਤੇ ਇੰਪੋਰਟੈਂਟ ਆ ਪੁੱਛਿਆ ਜਾਂਦਾ ਆਪਾਂ ਹੁਣ ਕਵਰ ਕਰਨੇ ਆ ਸਾਰੇ ਇੰਪੋਰਟੈਂਟ ਟਾਪਿਕ ਹੁਣ 65 ਪਲਸ ਟਾਪਿਕ ਤਾਂ ਹੋਈ ਜਾਣਗੇ ਹੁਣ ਜੇ ਆਪਾਂ ਉਹੀ ਕਵਰ ਕਰਕੇ ਡੈਫੀਨੇਟਲੀ ਸਾਰਾ ਚੀਜ਼ਾਂ ਕਲੀਅਰ ਹੋ ਜਾਣਗੇ ਜੀ ਆਪਣੇ ਐਗਜ਼ਾਮ ਦੀਆਂ ਇਸ ਵਾਰ ਪੱਕਾ ਹੀ ਸਾਨੂੰ ਉਸ ਟਾਰਗੇਟ ਤੇ ਲੈ ਕੇ ਜਾਣਾ ਕਿ ਸਾਰਿਆਂ ਦਾ ਕੁਆਲੀਫਾਈ ਕਰਵਾਣਾ ਹੀ ਕਮਾਣਾ ਹੈ ਦਿਸ ਵੁੱਡ ਬੀ ਹੈਲਪਫੁਲ ਇਨ ਫਰੇਮਿੰਗ ਦੀ ਕਰਿਕੂਲਮ ਕਰਿਕੂਲਮ ਵੀ ਬਣਦਾ ਹੈ ਸਕੂਲਾਂ ਦੇ ਵਿੱਚ ਬਣਦਾ ਜੀ ਅੰਡਰਸਟੈਂਡਿੰਗ ਆਫ ਦਿਸ ਡਵੈਲਪਮੈਂਟ ਸੀਕੁਐਂਸ is indispensable for the parents as well for the teacher hun jehda sequence hunda hai oh aap pa kehna ki zaruri nahi hunda ki vanda bhi ja sakda hai nahi bhi vanda ja sakda kyonki because influence hai na dispensable da huga vandana ji indispensable hoga ki parents te teacher vas se oh cheeza pata nahi hunda ki kuch bachcha sahi karega kuch bachcha galat karega because these influence a great deal during the infancy infancy ki ho gaya ji ki bachpan de vich jadon janam hoya ji infancy eh tin word vi ਬਹੁਤ ਸਾਰੇ ਵਰਡ ਆ ਜਿਹੜੇ ਆਪਾਂ ਸਿੱਖਨੇ ਆ ਜੀ ਇਨਫੈਂਸਿਵ ਵਰਡ ਜੀ ਇਹ ਵੀ ਐਗਜ਼ਾਮ ਦਾ ਪਾਰਟ ਹੈ ਚਾਈਲਡਹੂਡ ਵੀ ਤੇ ਐਡੋਲਸੈਂਟ ਵੀ ਹੁਣ ਇਹਨੂੰ ਆਪਾਂ ਇਨਫੈਂਸਿਵ ਬਚਪਨ ਤੋਂ ਲੈ ਕੇ ਕਹਿ ਦਿੰਨੇ ਆ ਜੀ ਫਿਰ ਇਹ ਜਨਮ ਤੋਂ ਲੈ ਕੇ ਫਿਰ ਇਹ ਬਚਪਨ ਦੇ ਵੀ ਸਟੇਜਸ ਆਉਂਦੀਆਂ ਨੇ ਕਿ ਚਾਈਲਡਹੂਡ अर्ਲੀ ਚਾਈਲਡਹੂਡ ਹੈ ਮਿਡਲ ਚਾਈਲਡਹੂਡ ਹੈ ਲੇਟ ਚਾਈਲਡਹੂਡ ਹੈ ਜੀ 7 ਸਾਲ ਜਿਹੜਾ ਆਪਾਂ ਕਹਿੰਦੇ ਆ 7 ਤੋਂ ਲੈ ਕੇ 10 ਸਾਲ ਤੱਕ ਫਿਰ ਐਡੋਲਸੈਂਸ ਦਾ ਵੀ ਇਹੀ ਹੈ ਜੀ ਅਲੜ ਉਮਰ ਆਪਾਂ ਇਹਨੂੰ ਕਹਿ ਦਿੰਨੇ ਆ ਕਿ ਜੀ अर्ਲੀ ਹੈ ਲੇਟ ਹੈ ਮਿਡਲ ਹੈ ਇਹਦੇ ਵਿੱਚ ਐਗਜ਼ਾਮੀਨਰ ਕੀ ਕਰਦਾ ਜੀ ਕਨਫਿਊਜ਼ ਕਰਦਾ ਕਿ ਇਨਫੈਂਸੀ ਅੱਛਾ ਹੈ ਰੇਵੀ ਹੋਈ ਸੀ ਇਨਫੈਂਟ ਜੀ ਮੈਂ ਆਪਾਂ ਕਹਿ ਦਿੰਨਾ ਚਾਈਲਡਹੂਡ ਡੋਲਸੈਂਸ ਅੱਛਾ ਇਹ ਕਿਹੜੀ ਹੋਈ ਛੋਟੀ ਹੋਈ ਵੱਡੀ ਹੋਈ ਤਾਂ ਇੰਨਾ ਸ਼ਬਦਾਂ ਦੇ ਵਿੱਚ ਨਹੀਂ ਆਪਾਂ ਉਲਝਣਾ ਇਸੇ ਕਰਕੇ ਮੈਂ ਸਾਰੇ ਜਿਹੜੇ ਵਰਡ ਲਿਖੇ ਆ ਜੀ ਜਿਹੜੇ ਸਾਰੇ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ ਉਹ ਐਗਜ਼ਾਮ ਓਰੀਐਂਟੇਸ਼ਨ ਦੇ ਨਾਲ ਪ੍ਰਯੋਗ ਕੀਤਾ ਹੈ ਇਸੇ ਪੂਰੀ ਕਮਿਟਮੈਂਟ ਦੇ ਨਾਲ ਤੁਹਾਨੂੰ ਇਹ ਮੈਂ ਪੜਾ ਰਿਹਾ ਜੀ ਹਾਂਜੀ ਜਿਹੜਾ ਆਪਣਾ ਆਨਲਾਈਨ ਵੀਡੀਓ ਕੋਰਸ ਹੈ ਜੀ ਚਾਈਲਡ ਡਿਵੈਲਪਮੈਂਟ ਪੈਡਾਗੋਜੀ ਦਾ ਉਹ ਆਪਾਂ ਤੁਹਾਨੂੰ ਸਾਰਾ ਸਮਝਾ ਰਹੇ ਆਂ ਤੇ 30 ਮਾਰਕਸ ਜੇ ਮੈਂ ਤੁਹਾਨੂੰ ਹੁਣੇ ਦੱਸਿਆ ਕਿ 30 ਮਾਰਕਸ ਜਿਹੜੀ ਸੀਡੀਪੀ ਉਹ ਡਾਇਰੈਕਟ ਹੁੰਦੀ ਹੈ ਤੇ 10-10 ਨੰਬਰਾਂ ਦੀ ਲੈਂਗੁਏਜ ਦੇ ਵਿੱਚ ਆਊਗੀ ਉਸ ਦੇ ਰਿਗਾਰਡਿੰਗ ਵੀ ਪੜ ਰਹੇ ਆਂ 15 ਮਾਰਕਸ ਦੀ ਜਿਹੜੀ ਆਪਾਂ ਸਬਜੈਕਟ ਦੀ ਗੱਲ ਕਹਿ ਦਨੇ ਐ ਐਸਐਸ ਜੇ ਦੌਰਾਨ ਕਹਿ ਦਨੇ ਐ ਹੁਣ ਆਪਾਂ ਫਲਕਚੁਏਸ਼ਨ ਕਰ ਸਕਦੇ ਆਂ ਕਈ ਵਾਰ 17 ਵੀ ਪਾ ਸਕਦੇ ਆਂ 16 ਵੀ ਪਾ ਸਕਦੇ ਆਂ 14 ਵੀ ਪਾ ਸਕਦੇ ਆਂ ਪਰ ਘੱਟੋ ਘੱਟ ਇੰਨੇ ਦਾ ਬੰਦੇ ਹੀ ਬੰਦੇ ਆਂ ਤੇ ਜਿਹੜੇ 100 ਪਲੱਸ ਵੀਡੀਓ ਆ ਜਿਹਦੇ ਵਿੱਚ ਆਲਰੇਡੀ 50 ਪਲੱਸ ਵੀਡੀਓਜ਼ ਆਪਣੀ ਜਿਹੜੀ iOS ਦੀ ਐਪ ਹੈ Android ਦੀ ਐਪ ਹੈ ਉਹਦੇ ਵਿੱਚ ਆਲਰੇਡੀ ਹੈਗੀਆਂ ਨੇ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਕਿਸੇ ਇੱਕ ਨਾ ਪੜਾਇਆ ਜਾ ਰਿਹਾ ਨਾਲ ਨਾਲ ਮੈਂ ਇੱਥੇ ਪੜਾᱣ ਵੀ ਰਿਹਾ ਤੁਸੀਂ ਇੱਥੋਂ ਵੀ ਸਾਰੇ ਚੀਜ਼ਾਂ ਸਿੱਖ ਸਕਦੇ ਹੋ ਆਈਡੀਆ ਲੈ ਸਕਦੇ ਹੋ ਕਿਹੜੀ ਚੀਜ਼ੇ ਉੱਪਰ ਕੰਮ ਕੀਤਾ ਜਾ ਰਿਹਾ ਟ੍ਰਿਪਲ ਐ ਬ੍ਰਾਈਟ ਅਕੈਡਮੀ ਥਰੂ ਸਾਰੇ ਨੋਟਸ ਆਲ ਪੀਡੀਐਫ ਹੋਣਗੇ ਜਿਹੜੇ ਕੋਰਸ ਦੀ ਵੈਲਿਡਿਟੀ ਹੈ ਜੀ 1 ਸਾਲ ਤੱਕ ਹੋਊਗੀ ਜਦੋਂ ਤੁਸੀਂ ਪਰਚੇਜ਼ ਕਰ ਰਹੇ ਹੋ ਡੈਮੋ ਵੀਡੀਓ ਉੱਥੇ ਵੀ ਅਵੇਲੇਬਲ ਹੈ ਜੀ ਐਪ ਦੇ ਉੱਪਰ ਟ੍ਰਿਪਲ ਏ ਬ੍ਰਾਈਟ ਅਕੈਡਮੀ ਜਿਹੜੀ ਐਪ ਹੈ ਆਈਓਐਸ ਦੀ ਐਂਡਰੋਇਡ ਦੀ ਇੱਥੋਂ ਵੀ ਤੁਸੀਂ ਸਿੱਖ ਸਕਦੇ ਹੋ YouTube ਸੈਸ਼ਨ ਦੇ ਉੱਪਰ ਤੇ ਜਿਹੜੀ ਦੀ ਪ੍ਰਾਈਸ ਹੈ ਜੀ ਪੂਰੇ ਸੀਡੀਪੀ ਦੇ ਕੋਰਸ ਦੀ ਇਹ ਜੀ 2200 ਰੁਪਏ ਓਨਲੀ ਐਂਡ ਓਨਲੀ ਹੈ ਜੀ ਬ੍ਰਾਈਟ ਅਕੈਡਮੀ ਜਿਹੜੀ ਐਪ ਹੈ ਐਂਡਰੋਇਡ ਤੇ ਆਈਓਐਸ ਆਲਰੇਡੀ ਮੈਂ ਤੁਹਾਨੂੰ ਸਮਝਾ ਚੁੱਕਿਆ ਹਾਂ ਜੀ ਤੇ ਤੁਸੀਂ WhatsApp ਜਾਂ ਕਾਲ ਕਰ ਸਕਦੇ ਹੋ 999444220 ਤੇ ਕੋਈ ਵੀ ਕੁਐਰੀ ਹੈ ਕੋਈ ਵੀ ਚੀਜ਼ ਹੈ ਤੁਸੀਂ ਸਾਡੇ ਜਿਹੜੇ ਫੋਨ ਦੇ ਉੱਪਰ ਪਰਸਨ ਨੇ ਉਹਨਾਂ ਤੋਂ ਕੁਐਰੀ ਲੈ ਸਕਦੇ ਹੋ ਹੁਣ ਜਿਹੜੀ ਸਪੈਸ਼ਲ ਆਫਲਾਈਨ ਕੋਚਿੰਗ ਹੈ ਸੀਡੀਪੀ ਵਾਸਤੇ ਟ੍ਰਿਪਲ اے ਬ੍ਰਾਈਟ ਅਕੈਡਮੀ ਦੁਬਾਰਾ ਡੇਲੀ ਡੇਢ ਘੰਟੇ ਦੀ ਕਲਾਸ ਲਗਾਇਆ ਕਰੇਗੀ ਜਿਹਦੇ ਵਿੱਚ ਆਪਾਂ ਸੀਡੀਪੀ ਦਾ ਜਿਹੜਾ ਸਿਲੇਬਸ ਹੈ ਪੀਐਸਟੈਟ ਦੇ ਹਿਸਾਬ ਨਾਲ ਸੀਟੈਟ ਦੇ ਹਿਸਾਬ ਨਾਲ ਕੋਈ ਵੀ ਟੀਚਿੰਗ ਇਗਜ਼ਾਮ ਹੈ ਉਹਦਾ ਫੁੱਲ ਸਿਲੇਬਸ ਕੀ ਹੋਊਗਾ ਜੀ ਸੀਡੀਪੀ ਦਾ ਕਵਰ ਹੋਏਗਾ ਸਾਰੇ ਪ੍ਰਿੰਟਡ ਨੋਟਸ ਉਹਦੇ ਵਿੱਚ ਇਨਕਲੂਡਡ ਹੋਣਗੇ ਇਸੇ ਕੋਰਸ ਦੇ ਅੰਦਰ ਪ੍ਰੀਵਿਅਸ ਈਅਰ ਕੁਐਸ਼ਨ ਵੀ ਆਪਾਂ ਡਿਸਕਸ ਕਰਾਂਗੇ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਕਿਉਂਕਿ ਇਹ ਆਫਲਾਈਨ ਹੈ ਤੇ ਜਿਹੜੀ ਬੈਚ ਦੀ ਟਾਈਮਿੰਗ ਹੋਏਗੀ 9 ਤੋਂ 10:30 ਵਜੇ ਤੱਕ ਹੋਏਗੀ ਇਸ ਦੇ ਲਈ ਜਿਹੜਾ ਤੁਸੀਂ ਕੰਟੈਕਟ ਕਰ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਟ੍ਰਿਪਲ ਐ ਬ੍ਰਾਈਟ ਅਕੈਡਮੀ ਸੈਕਟਰ 15 ए ਚੰਡੀਗੜ੍ਹ ਜੀ ਨੰਬਰ 999844220 ਹੈ ਜੀ ਤੇ ਜਿਹੜਾ ਬੈਚ ਆ ਸਾਡਾ ਆਫਲਾਈਨ ਬੈਚ 4 ਮਾਰਚ 2024 4 ਮਾਰਚ 2024 ਨੂੰ ਸ਼ੁਰੂ ਹੋਣ ਜਾ ਰਿਹਾ ਫੁੱਲ ਸੀਡੀਪੀ ਕੋਰਸ ਫਾਰ ਐਨੀ ਸਟੇਟ ਡੈਟ ਐਗਜ਼ਾਮ ਪੀਐਸਟੈਟ ਸੀਟੈਟ ਤੇ ਇਸ ਦੇ ਰਿਗਾਰਡਿੰਗ ਤੁਸੀਂ ਕਈ ਬੱਚਿਆਂ ਨੇ ਕਿ ਅਸੀਂ ਆਨਲਾਈਨ ਤੁਸੀਂ ਪੜ੍ਹਨਾ ਸਰ ਨਾਲ ਨਾਲ ਅਸੀਂ ਨੋਟਸ ਵੀ ਲੈਣੇ ਆ ਤਾਂ ਨੋਟਸ ਲੈ ਵੀ ਜਿਹੜਾ ਫੁੱਲ ਸਟੱਡੀ ਮਟੀਰੀਅਲ ਹੈ ਜਿਹੜਾ ਐਨਸੀਆਰਟੀ ਬੁੱਕਸ ਤੋਂ ਪ੍ਰਪੇਅਰ ਕੀਤਾ ਹੋਇਆ ਹੈ ਇੰਗਲਿਸ਼ ਮੀਡੀਅਮ ਦੇ ਵਿੱਚ ਹੈ ਫਾਰ ਪੇਪਰ 1 ਐਂਡ ਪੇਪਰ 2 ਪੇਪਰ 1 ਦੀ ਜਿਹੜੀ ਕੀਮਤ ਹੈ 2000 ਓਨਲੀ ਹੈ ਪੇਪਰ 2 ਦੀ 2000 ਹੈ ਜੀ ਇਹ ਦੋਨੇ ਪਰਚੇਸ ਕਰਨੇ ਆ ਤਾਂ 2500 ਹੈ ਜੀ ਟ੍ਰਿਪਲ A ਬ੍ਰਾਈਟ ਅਕੈਡਮੀ 15 A ਸੈਕਟਰ 15 A ਚੰਡੀਗੜ੍ਹ ਜੀ ਜਿਹੜੇ ਨੋਟਸ ਹੈ ਉਹਦੇ ਲਈ ਤੁਸੀਂ 9998 8442200 ਤੇ ਕੰਟੈਕਟ ਕਰ ਸਕਦੇ ਹੋ ਪੁੱਛ ਸਕਦੇ ਹੋ ਇਹ ਸਾਰੀ ਅਲੱਗ-ਅਲੱਗ ਜਿਹੜੀ ਕੁਇਰੀ ਸੀ ਕਿਉਂਕਿ ਬੱਚੇ ਅਲੱਗ-ਅਲੱਗ ਫੇਸਿਸ ਦੇ ਵਿੱਚ ਆਉਂਦੇ ਆ ਕਿ ਅਸੀਂ ਆਨਲਾਈਨ ਪੜ੍ਹਨਾ ਹੈ ਉਹਦੀ ਸਾਰੀ ਡਿਟੇਲ ਮੈਂ ਤੁਹਾਨੂੰ ਦੱਸਤੀ ਜਿਹੜਾ ਆਫਲਾਈਨ ਬੈਚ ਹੈ ਉਹਦੀ ਤੁਹਾਨੂੰ ਸਾਰੀ ਡਿਟੇਲ ਦੱਸਤੀ ਫਿਰ ਜੇ ਤੁਸੀਂ ਘਰੇ ਮਟੀਰੀਅਲ ਮੰਗਵਾਉਣਾ ਹੈ ਉਹਦੀ ਤੁਹਾਨੂੰ ਸਾਰੀ ਡਿਟੇਲ ਦੱਸਤੀ ਫਿਰ ਵੀ ਕੋਈ ਕੁਇਰੀ ਰਹਿੰਦੀ ਹੈ ਤੁਸੀਂ ਇਸ ਨੰਬਰ ਤੇ ਗੱਲ ਕਰ ਸਕਦੇ ਹੋ ਜਾਂ ਸਾਡੇ ਐਡਰੈਸ ਸੈਕਟਰ 15 A ਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਹਾਂਜੀ ਹੁਣ ਜਿਹੜਾ ਤੁਹਾਨੂੰ ਮੈਂ ਇੰਪੋਰਟੈਂਟ ਗੱਲ ਦੱਸੀ ਸੀ ਐਗਜ਼ਾਮ ਦੇ ਰਿਗਾਰਡਿੰਗ ਜਾਂ ਐਗਜ਼ਾਮ ਦੇ ਵਿੱਚ ਜਿਹੜੇ ਸ਼ਬਦ ਆਉਂਦੇ ਨੇ ਜਿਹੜੀ ਗੱਲ ਆਪਾਂ ਉੱਥੇ ਲਿਖੀ ਵੀ ਆ ਉਹਦੇ ਉੱਪਰ ਪੂਰੇ ਖਰੇ ਉਤਰਾਂਗੇ ਮੈਂ ਤੁਹਾਨੂੰ ਫੇਰ ਵਾਦਾ ਕਰਦਾਂਗੀ ਐਗਜ਼ਾਮ ਦੇ ਜੋ ਚੀਜ਼ਾਂ ਪੜ੍ਹਾਇਆ ਜਾਣਗੇ ਐਗਜ਼ਾਮ ਦੇ ਵਿੱਚ ਜ਼ਰੂਰ ਆਣਗੀਆਂ ਆਪਾਂ ਇਹ ਨਹੀਂ ਕੋਈ ਚੈਲੰਜ ਕਰ ਰਹੇ ਐਗਜ਼ਾਮ ਇਹਨਾਂ ਨੂੰ ਕਿ ਐਗਜ਼ਾਮੀਨਰ ਦੇ ਲਈ ਆਪਾਂ ਇਹ ਕਹਿ ਰਹੇ ਹਾਂ ਕਿ ਮੋਸਟ ਇੰਪੋਰਟੈਂਟ ਪੁਆਇੰਟ ਕਵਰ ਕਰਾਂਗੇ ਜਿੱਦ ਨਾਲ ਤੁਹਾਡਾ ਐਗਜ਼ਾਮ ਦੇ ਵਿੱਚ ਪੈਂਦੇ ਪੈਂਡ ਤੁਸੀਂ ਵਧੀਆ ਤਰੀਕੇ ਨਾਲ ਅਟੈਂਪਟ ਕਰਕੇ ਆਉਂਗੇ ਕੱਲਾ ਕੋਈ ਤੁੱਕਾ ਨਹੀਂ ਮਾਰ ਕੇ ਆ ਪਰ ਆਪਾਂ 얘ਤੇ ਸੋਸ਼ਲ ਵਾਈਜ਼ ਵੀ ਟ੍ਰੇਨ ਹੋਣਾ ਆਪਾਂ ਟੌਪਿਕ ਵਾਈਜ਼ ਵੀ ਟ੍ਰੇਨ ਹੋਣਾ ਤੇ ਨੰਬਰ ਵੀ ਪੂਰੇ ਵਧੀਆ ਲੈ ਕੇ ਆਨੇ ਆ ਕੁਆਲੀਫਾਈ ਵਾਲੇ ਇਨਫੈਂਸੀ ਸਟੇਟ ਆਫ ਪੀਰੀਅਡ অর ਬੇਬੀਹੂਡ ਯਾ ਆਪਾਂ ਬਿਲਕੁਲ ਅਰਲੀ ਚਾਈਲਡਹੂਡ ਕਹਿ ਦਿੰਨੇ ਇੱਕ ਮਹੀਨੇ ਦੋ ਮਹੀਨੇ ਚਾਰ ਮਹੀਨੇ 6 ਮਹੀਨੇ ਚਾਈਲਡਹੂਡ ਦੇ ਵਿੱਚ ਜਿਹੜੀ ਅਰਲੀ ਚਾਈਲਡ ਹੁੰਦੀ ਹੈ ਜਿਹਨੂੰ ਬਚਪਨ ਕਹਿ ਦਿੰਨੇ ਆਪਾਂ ਜਨਮ ਤੋਂ ਲੈ ਕੇ 5 ਸਾਲ ਤੱਕ ਜੇ ਕੱਲਾ ਇਨਫੈਂਸੀ ਵਰਡ ਆਂਦਾ ਹੈ ਉਹ ਆਪਾਂ ਕਹਿ ਦਿੰਨੇ ਆ ਜੀ ਅਰਲੀ ਚਾਈਲਡਹੂਡ ਤੱਕ ਕਹਿ ਦਿੰਨੇ ਆ 5 ਸਾਲਾਂ ਤੱਕ ਇਨਫੈਂਸ ਹੈ ਛੋਟਾ ਬੱਚਾ ਮਿਡਲ ਚਾਈਲਡਹੂਡ 6 ਤੋਂ 12 ਸਾਲ ਦੀ ਉਮਰ ਹੈ ਇਹਨੂੰ ਆਪਾਂ ਹੋਰ ਕਿਸੇ ਸ਼ਬਦ ਨਾਲ ਨਹੀਂ ਰਿਲੇਟ ਕਰਨਾ ਕਿ ਸਰ ਇਹ ਉਸ ਡਵੈਲਪਮੈਂਟ ਨਾਲ ਹੈ ਵਗੋਸਕੀ ਨਾਲ ਹੈ ਜੀ ਇਹ ਚੌਮਸਕੀ ਨਾਲ ਹੈ ਜੀ ਇਹ ਬਰੂਨਰ ਨਾਲ ਹੈ ਜੀ ਇਹ ਕੋਲਬਰਗ ਨਾਲ ਹੈ ਜੀ ਨਹੀਂ ਉਹ ਸਾਰੇ ਆਪਾਂ ਲੱਗ-ਲੱਗ ਪੜਾਂਗੇ ਤੇ ਐਡੋਲਸੈਂਸ ਆ ਗਈ ਜੀ 13 ਤੋਂ 18 ਜਿਹੜੇ ਆਪਾਂ ਸ਼ਬਦ ਥੱਲੇ ਤਿੰਨ ਪੜੇ ਸੀ ਕਿਉਂਕਿ ਪਿਆਜੇਡੇ ਕਹਿੰਦੇ ਸੀ ਕਿ ਚਾਹੇ ਮੈਚਿਓਰਿਟੀ ਹੈ ਚਾਹੇ ਇਕਲੀਬ੍ਰਿਮ ਹੈ ਚਾਹੇ ਐਕਸਪੀਰੀਅੰਸ ਹੈ ਕੋਈ ਵੀ ਚੀਜ਼ ਹੈ ਉਹ ਕਿਵੇਂ ਡਵੈਲਪ ਹੋਏਗੀ ਇਹਨਾਂ ਤਿੰਨ ਅਲੱਗ-ਅਲੱਗ ਸਟੇਜੇ ਦੇ ਵਿੱਚ ਡਵੈਲਪ ਹੋਏਗੀ ਜਿਹੜੀ ਐਡੋਲਸੈਂਸ ਆ ਉਹ ਵੀ ਪ੍ਰਾਇਮਰੀ ਡਵੈਲਪਮੈਂਟ ਜਾਂਦੀ ਹੈ ਉਹਦੇ ਵਿੱਚ ਕੀ ਹੈ ਜੇ ਐਡੋਲਸੈਂਸ 10 ਤੋਂ 13 ਦੇ ਵਿੱਚ ਵੰਡੇਗੇ ਜਿਹੜੀ अर्ली ਸ਼ੁਰੂ ਹੋ ਚੁੱਕੀ ਹੈ ਕਿਉਂਕਿ ਮਿਡਲ ਚਾਈਲਡਹੂਡ ਤੋਂ ਥੋੜਾ-ਥੋੜਾ ਡਵੈਲਪਮੈਂਟ ਸ਼ੁਰੂ ਹੋ ਜਾਂਦਾ ਇਹਨੂੰ ਜੇ ਮੈਂ ਪਾਲੜ ਉਮਰ ਕਹਿ ਦਿੰਨੇ ਆ ਜੀ ਮਿਡਲ ਐਡੋਲਸੈਂਸ ਬਿਟਵੀਨ 14 ਐਂਡ 17 14 ਤੋਂ 17 ਤੱਕ ਕੁਝ ਚੀਜ਼ਾਂ ਫਿਰ ਲੇਟਰ ਐਡੋਲਸੈਂਸ ਤੇ ਸ਼ੁਰੂ ਹੋ ਜਾਣਗੀਆਂ ਜਿਹੜੀਆਂ ਆਪਾਂ ਕਹਿ ਦਿੰਨੇ 18-19 ਸਾਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਨੂੰ ਆਪਾਂ ਕਹਿ ਦਿੰਨਾ ਹੈ ਜੀ ਯੰਗ ਅਡਲਟ ਹੂਡ ਕਿ ਬਹੁਤ ਸਾਰੇ ਚੀਜ਼ਾਂ ਬਦਲਾਅ ਹੋ ਸਕਦਾ ਹੈ ਇੱਥੇ ਦੇ ਵਿੱਚ ਬਹੁਤ ਸਾਰੇ ਬੱਚੇ ਨਵੇਂ ਰੈਕੋਰਡ ਬ੍ਰੇਕ ਕਰ ਸਕਦਾ ਜਿਵੇਂ ਹੁਣ ਆਪਾਂ ਇਸ ਐਡੋਲਸੈਂਸ ਸਟੇਜ ਦੇ ਉੱਪਰ ਗੱਲ ਕਰੀਏ ਤਾਂ ਜਿਹੜੇ ਆਪਣੇ ਚੈਸ ਦੇ ਪਲੇਅਰ ਨੇ ਉਹ ਫਾਈਨਲ ਤੱਕ ਪਹੁੰਚੇ ਹੋਏ ਨੇ ਤਾਂ ਇਸ ਤਰੀਕੇ ਨਾਲ ਪਹਿਲੀ ਸਟੇਜ ਈ ਸੈਂਸਰੀ ਮੋਟਰ ਸਟੇਜ this stage begins at birth ਜਨਮ ਤੋਂ ਹੀ ਸ਼ੁਰੂ ਹੁੰਦੀ ਹੈ ਜੀ ਲਾਸਟ ਇਲ ਦੀ ਚਾਈਲਡ 2 ਸਾਲ ਤੱਕ ਹੁਣ ਇੱਥੇ ਆਪਏ ਨਹੀਂ ਸੋਚਣਾ ਸਰ ਕਈ ਬੱਚੇ ਦਾ ਬੋਲਣਾ ਹੀ ਲੇਟ ਸ਼ੁਰੂ ਕਰਦੇ ਆ ਸਰ ਕਈਆਂ ਦਾ ਏ ਕਈਆਂ ਦੇ ਇਹ ਇੱਕ ਜਰਨਲ ਵਿਊ ਹੈ ਮੋਸਟਲੀ ਰਿਜ਼ਲਟ ਲੈ ਕੇ ਹਾਂ ਐਕਸੈਪਸ਼ਨ ਹੋ ਸਕਦੇ ਕਿ ਇਹਦਾ ਨਹੀਂ ਹੋਇਆ ਚਾਈਲਡ ਇਜ਼ ਅਬਾਊਟ ਕਈ ਬੱਚੇ ਬੋਲਣ ਲੱਗ ਜਾਂਦਾ ਜੀ 1 ਸਾਲ ਦੇ ਵਿੱਚ ਪ੍ਰੋਪਰ 1.5 ਸਾਲ ਦੇ ਵਿੱਚ ਪ੍ਰੋਪਰ ਬੋਲਣ ਲੱਗ ਜਾਂਦੇ ਆ ਇਟ ਇਜ਼ ਕਾਲਡ ਸੈਂਸਰੀ ਮੋਟਰ ਸਟੇਜ ਜਿਹਨੂੰ ਆਪਾਂ ਚੀਜ਼ਾਂ ਕੀ ਕਹਿੰਦੇ ਆ ਸੈਂਸ ਕਰਦੇ ਆ ਤੇ ਮੋਟਰ ਐਕਟੀਵਿਟੀ ਕੀ ਹੱਥ ਪੈਰ ਮਾਰਨੇ ਨਾਲ ਨਾਲ ਚੀਜ਼ਾਂ ਚਲਾਉਣੇ ਉਹ ਆਪਾਂ ਪੁਆਇੰਟ ਵੀ ਦੇਖਦੇ ਆ ਇਹਦੇ ਵਿੱਚ ਚਿਲड्रन ਦੀ ਥਿੰਕਿੰਗ ਇਨਵੋਲਵ ਬੱਚਾ ਦੇਖਦਾ ਕਿਉਂਕਿ ਕੁਝ ਦਿਨਾਂ ਤੱਕ ਤਾਂ ਅੱਖਾਂ ਬੰਦ ਹੁੰਦੀਆਂ ਥੋੜੀਆਂ-ਥੋੜੀਆਂ ਓਪਨ ਹੁੰਦੀਆਂ ਮੋਸਟਲੀ ਬੰਦ ਹੁੰਦੀਆਂ ਸੁੰਨਾ ਜੀ ਮੂਵ ਕਰਨਾ ਆਪਾਂ ਕਹਿੰਨਾ ਪਾਸੇ ਲੈਨੇ ਠੀਕ ਹੈ ਜੀ ਥੋੜਾ-ਬੋਤਾ ਟੱਚ ਕਰਨਾ ਟੈਸਟਿੰਗ ਐਂਡ ਸੋ ਨੇ ਸਾਰੀਆਂ ਚੀਜ਼ਾਂ ਚੱਲਦੀ ਰਹਿੰਦੀਆਂ ਹੁਣ ਬਚਪਨ ਤੋਂ ਲੈ ਕੇ 2 ਸਾਲ ਤੱਕ ਹੈ ਜੇ ਤੁਸੀਂ ਕਹੋਗੇ ਸਰ ਟੱਚ ਕਰਨਾ ਟੇਸਟ ਕਰਨਾ 2 ਸਾਲ ਤੱਕ ਹੈ ਹੌਲੀ-ਹੌਲੀ ਚੀਜ਼ਾਂ ਡਵੈਲਪ ਹੁੰਦੀਆਂ ਤੇ ਇਹੀ ਵਾਲਾ ਮੈਂ ਤੁਹਾਨੂੰ ਤੀਸਰਾ ਸਵਾਲ ਕਹਿਣਾ ਜੀ ਪੀਵਾਈਕਯੂ 3 ਪ੍ਰੀਵੀਅਸ ਇਅਰ ਕੁਐਸਚਨ 3 ਪਹਿਲਾ ਸਵਾਲ ਕਿਹੜਾ ਜੀ ਕਿ ਸੈਂਸਰੀ ਮੋਟਰ ਸਟੇਜ ਕਿੰਨੀ ਉਮਰ ਤੱਕ ਹੁੰਦੀ ਹੈ ਜਾਂ ਕਿਹੜੀ ਉਮਰ ਦੇ ਵਿੱਚ ਕਿਹੜੀ ਸਟੇਜੋਂ ਦੂਸਰਾ ਸਵਾਲ ਤੀਸਰਾ ਇਹਨਾਂ ਦੀ ਪ੍ਰੋਪਰਟੀ ਆ ਵਾਲੇ ਕਿ ਇਹ ਵਾਲਾ ਸਵਾਲ ਕਿ ਕਿਹੜੀ ਸਟੇਜ ਦੇ ਵਿੱਚ ਸੀਇੰਗ ਹਿਅਰਿੰਗ ਜਾਂ ਮੂਵਿੰਗ ਹੁੰਦੀ ਹੈ ਪਿਆਜੇਟ ਦੇ ਹਿਸਾਬ ਨਾਲ ਤਾਂ ਆਪਾਂ ਕਵਾਂਗੇ ਜੀ ਸੈਂਸਰੀ ਮੋਟਰ ਸਟੇਜ ਦਾ ਸਟੇਜ ਮਾਰਕਟ ट्रांजਿਸ਼ਨਲ ਸਟੇਜ ਫਾਰ ਅ ਪਰਸਨ fromParams ਬਾਇਓਲੋਜੀਕਲ ਟੂ ਸਾਈਕੋਲੋਜੀਕਲ ਬੀਇੰਗ ਇੱਕ ਬਾਇਓਲੋਜੀਕਲ ਮਤਲਬ ਮਾਤਾ ਦੇ ਗਰਭ ਚ ਜਦੋਂ ਬਾਹਰ ਆਇਆ ਜਨਮ ਤੋਂ ਲੈ ਕੇ ਫਿਰ ਉਹ ਸਾਰੀਆਂ ਚੀਜ਼ਾਂ ਕੀ ਹੈ ਇੱਕ ਸਾਈਕੋਲੋਜੀ ਵਾਈਜ਼ ਉਹ ਸਾਰੀਆਂ ਚੀਜ਼ਾਂ ਨੂੰ ਸਿੱਖੇਗਾ ਇਨ ਦੀ ਫਰਸਟ ਆਫ ਯੂ ਵੀਕਸ ਆਫ ਅ ਲਾਈਫ ਆਫ ਦੀ ਬੇਬੀਜ਼ ਬਿਹੇਵੀਅਰ ਕੰਸਿਸ ਸਿਮਪਲੀ ਆਫ ਰਿਫਲੈਕਸ ਰਿਸਪਾਂਸਸ ਸਿਰਫ ਕਿਹਾ ਕੁਝ ਹਫ਼ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਕੁਝ ਹਫ਼ਤੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਕੀ ਚੀਜ਼ਾਂ ਕਾਮਨ ਹੋਣਗੀਆਂ ਸਾਕਿੰਗ ਕਿਉਂਕਿ ਮਾਤਾ ਦੇ ਗਰਭ ਦੇ ਵਿੱਚ ਜੋ ਵੀ ਚੀਜ਼ ਉਹ ਖਾਣਾ ਲੈ ਰਿਆ ਸੀ ਉਹ ਇੱਕ ਜੂਸ ਦੇ ਫਾਰਮ ਦੇ ਵਿੱਚ ਲੈ ਰਿਆ ਸੀ ਇਸੇ ਕਰਕੇ ਪਹਿਲਾ ਜਿਹੜਾ ਪੁਆਇੰਟ ਉਹ ਜਿਹੜਾ ਸਿੱਖ ਕੇ ਆਂਦਾ ਬੱਚਾ ਉਹ ਸਕਿੰਗ ਸਿੱਖ ਕੇ ਆਂਦਾ ਜੀ ਤੇ ਨਾਲ ਸਟੈਪਿੰਗ ਤੇ ਗ੍ਰਾਸਪ ਵੀ ਚੂਸ ਦੇਖਣਾ ਥੋੜੀ ਚੀਜ਼ ਨੂੰ ਐ ਲੈਣਾ ਚਪਟਾ ਮਾਰਨਾ ਕਿਉਂਕਿ ਇੱਕ ਤਰੀਕੇ ਨਾਲ ਐ ਜਕੜਿਆ ਹੋਇਆ ਹੁੰਦਾ ਤੇ ਨਾਲ ਕੁਝ ਵੀਕ ਦਾ ਗ੍ਰਾਸਪ ਕਰਨਾ ਕੋਈ ਵੀ ਚੀਜ਼ ਹੱਥ 'ਚ ਆ ਗਈ ਆਪਾਂ ਕਹਿੰਦੇ ਮੁੱਠੀ ਖੁੱਲਦੀ ਨੂੰ ਉਹ ਚੀਜ਼ ਉਹਦੇ ਵਿੱਚ ਜਕੜੀ ਗਈ ਜੁੜ ਗਈ ਲੇਟਰ ਰਿਫਲੈਕਸ ਡਿਸਪੀਅਰਸ ਬੇਬੀ ਚੂਜ਼ਸ ਵਾਟ ਐਂਡ ਵਾਟ ਹੈਪਨਸ ਐਂਡ ਵੈਨ ਟੂ ਗ੍ਰਾਸਪ ਕੁਝ ਹਫ਼ਤੇ ਬਾਅਦ ਉਹ ਦੀਸਾ ਖਤਮ ਹੋ ਜਾਂਦੀਆਂ ਨੇ ਨੋ ਡਾਊਟ ਸੱਕਿੰਗ ਚਲਦੀ ਰਹਿੰਦੀ ਐ ਦੇਖਣਾ ਵੀ ਚੱਲਦਾ ਰਹਿੰਦਾ ਪਰ ਉਹਨੂੰ ਪਤਾ ਵੀ ਕਿਹੜੀ ਚੀਜ਼ ਪਕੜਨੀ ਐ ਤੇ ਕਿਹੜੀ ਚੀਜ਼ ਕਦੋਂ ਛੱਡਣੀ ਐ ਤਾਂ ਉਹ ਚੀਜ਼ਾਂ ਫਿਰ ਉਹੀ ਜਿਹੜੇ ਆਪਾਂ ਰੈਟਲਜ਼ ਕਹਿੰਦੇ ਜਾਂ ਜਿਸ ਦੇ ਖਲੋਣ ਨਾਲ ਖੇਡਦਾ ਜਾਂ ਕੋਈ ਚੀਜ਼ ਪਕੜਨੀ ਐ ਫਿਰ ਉਹ ਸਿੱਧਾ ਮਾਊਥ ਤੱਕ ਜਾਂਦੀ ਐ ਫਿਰ ਇਹੀ ਆਪਣੀ ਥਿਊਰੀ ਕਿੱਥੇ ਤੱਕ ਪਹੁੰਚੇਗੀ ਜਿਹੜੀ ਸੱਕਿੰਗ ਵਾਲੀ ਐ ਇਹ ਪਲੇਜ਼ਰ ਪ੍ਰਿੰਸੀਪਲ ਤੱਕ ਪਹੁੰਚੇਗੀ ਸਿਗਮੰਟ ਫਰੂਡ ਦੀ ਸਾਈਕੋਸੈਕਸ਼ੂਅਲ ਤੱਕ ਪਹੁੰਚੇਗੀ ਕਿ ਜੀ ਉਹ ਜਦੋਂ ਚੂ ਕਰਦਾ ਜੋ ਕੋਈ ਵੀ ਚੀਜ਼ ਮਾਊਥ ਤੱਕ ਲੈ ਕੇ ਜਾਂਦਾ ਐ ਉਹਨੂੰ ਉੱਥੋਂ ਹੀ ਟੇਸਟ ਆਂਦਾ ਜਿਨ੍ਹਾਂ ਦਾ ਪਲੇਜ਼ਰ ਪ੍ਰਿੰਸੀਪਲ ਕਹਿੰਦਾ ਕਿ ਉਹਨੂੰ ਉੱਥੇ ਹੀ ਆਨੰਦ ਮਹਿਸੂਸ ਹੁੰਦਾ ਹੈ ਜੀ ਪਹਿਲੀ ਸਟੇਜ ਆਪਣੀ ਕੰਪਲੀਟ ਹੋ ਚੁੱਕੀ ਹੈ ਜੀ ḍuring this period infant attain the concept of object permanence ਕਿ ਉਹ ਚੀਜ਼ ਪੱਕੀ ਹੋ ਜਾਂਦੀ ਹੈ this refers to understanding that object ਕੋਈ ਵੀ ਆਬਜੈਕਟ ਜੀ ਇਵੈਂਟੇ ਆਪਾਂ ਗੱਲ ਕਰ ਚੁੱਕੇ ਆਂ ਜੀ ਸਟਾਰਟਿੰਗ ਤੇ exist between being can not ਜਦੋਂ ਕੋਈ ਚੀਜ਼ ਉਹ ਨਹੀਂ ਦੇਖਦੇ ਨਹੀਂ ਸੁਣਦੇ ਨਾ ਟੱਚ ਕਰਦੇ ਉਹੋ ਚੀਜ਼ ਨੂੰ ਪਹਿਲਾਂ ਹੀ ਸਮਝ ਲੈਂਦਾ ਕਿਉਂਕਿ ਬੱਚੇ ਨੂੰ ਪਤਾ ਹੈ ਕਿ ਪਕੜਨਾ ਹੈ ਬਸ ਪਕੜ ਲਿਆ ਆਬਜੈਕਟ ਪਰਮਨੈਂਸ ਹੈ ਕਿ ਮੇਰੀ ਹੈ ਸੈਕੰਡ ਮੇਜਰ ਅਕੰਪਲੀਸ਼ਮੈਂਟ ਜਿਹੜੀ ਮੇਨ ਜਿਹੜੀ ਚੀਜ਼ ਹੋਰ ਚੇਂਜ ਹੁੰਦੀ ਹੈ ਲਰਨਿੰਗ ਟੂ ਰਿਵਰਸ ਦੀ ਐਕਸ਼ਨਸ ਉਹ ਚੀਜ਼ਾਂ ਨੂੰ ਸਿੱਖਣਾ ਕਿ ਇਹ ਚੀਜ਼ ਰਿਵਰਸ ਹੋ ਸਕਦੀ ਹੈ गिर ਸਕਦੀ ਹੈ ਦੁਬਾਰਾ ਅਚੀਵ ਕਰ ਸਕਦੇ ਆ ਵੀ ਗਿਵ ਅ ਟੌਏ ਟੂ ਅ ਚਾਈਲਡ ਆਪਾਂ ਇੱਕ ਖਿਡੌਣਾ ਦਿੱਤਾ ਜੇ ਬੱਚੇ ਨੂੰ ਹੈਸ 10 ਡਿਟੈਚੇਬਲ ਪਾਰਟ ਉਹਦੇ ਵਿੱਚ ਕੀ ਹੈ ਹੁਣ ਇਹ ਨਹੀਂ ਕਰਨਾ ਜੇ ਪੰਜਵੇਂ ਦਿਨ ਦੇ ਦੇਓਗੇ ਤਾਂ ਖਿਡੌਣਾ ਤੋੜ ਕੇ ਨਹੀਂ ਇਹ ਸਟੇਜ ਦੀ ਗੱਲ ਹੈ ਜ਼ੀਰੋ ਤੋਂ 2 ਸਾਲਾਂ ਤੱਕ ਕਿ ਉਹ ਲਗ ਲਖੜੋਣਾ ਤੋੜ ਕੇ ਦੇਤਾ ਪਹਿਲਾਂ ਦਾਸਤਾ ਗਿਆ ਨਿਕਲ ਗਿਆ ਵੀ ਡਿਟੈਚ 올 ది ਪਾਰਟ ਆਪਾਂ ਸਾਰਾ ਤੋੜ ਦਿੱਤਾ ਟ੍ਰਾਇਲ ਨਾਲ 에ਰਰ ਨਾਲ ਕੁਝ ਗਲਤੀਆਂ ਕਰ ਕਰਕੇ ਚਾਈਲਡ ਸਿੱਖ ਕੀ ਜਾਏਗਾ ਜੀ ਉਹਨਾਂ ਪਾਰਟਸ ਨੂੰ ਜੋੜਨਾ ਸਿੱਖ ਜਾਏਗਾ ਪਹਿਲਾ ਇੱਕ ਆਬਜੈਕਟ ਪਰਮਨੈਂਸ ਸਿੱਖੇਗਾ ਜਿਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਰੱਖੇਗਾ ਇਵੈਂਟ ਟੂ ਐਗਜ਼ਿਸਟ ਈਵਨ ਵੈਨ ਦੇ ਕੈਨ ਨੋ ਡਾਇਰੈਕਟਲੀ ਸੀਨ ਨਾ ਯੋ ਸੁਣਿਆ ਹੁੰਦੇ ਨਾ ਹੀ ਸਮਝਿਆ ਹੁੰਦੇ ਆਪਾਂ ਕਹਿੰਦੇ ਬੱਚੇ ਨੂੰ ਕੀ ਪਤਾ ਹੈ ਬੱਚੇ ਨੂੰ ਕਿਵੇਂ ਪਤਾ ਹੈ ਉਹ ਸਾਰੇ ਜਿਹੜਾ ਸੈਂਸ ਦੇ ਵਿੱਚ ਹੈ ਕਿ ਹਾਂਜੀ ਹੁਣ ਮੈਂ ਮਿਲਕ ਲੈਣਾ ਮੰਨ ਲਓ ਮਾਤਾ ਨੇ ਸਿਰ ਤੇ ਇਦਾਂ ਦਾ ਕਰਕੇ ਕੀਤਾ ਉਹਨੂੰ ਪਤਾ ਚੱਲ ਗਿਆ ਕੰਡੀਸ਼ਨਿੰਗ ਹੋ ਗਈ ਕਿ ਹਾਂਜੀ ਮਿਲਕ ਦੀ ਵਾਰੀ ਹੈ ਹਾਂਜੀ ਗੋਦ ਦੇ ਵਿੱਚ ਆ ਗਈ ਲੈਪ ਦੇ ਵਿੱਚ ਆ ਗਏ ਕਿ ਮਾਤਾ ਕੋਲ ਪਹੁੰਚ ਗਏ ਹੁਣ ਜੀ ਆਪਾਂ ਦੁੱਧ ਪੀਣਾ ਮਦਰ ਫੀਡ ਟ੍ਰਾਇਲ ਐਂਡ ਐਰਰ ਜਾਈਲਡ ਗ੍ਰੈਜੂਅਲੀ ਲਰਨਸ ਟੂ ਅਟੈਚ ਦੀ ਆਲ ਦੀ ਪਾਰਟਸ ਆਫ ਦੀ ਟੋਏ ਉਹ ਸਿੱਖ ਜਾਂਦਾ ਹੈ ਹੌਲੀ ਹੌਲੀ ਕੀ ਕਿਵੇਂ ਇਹਨੂੰ ਜੋੜਨਾ ਹੈ ਇਹਨੂੰ ਆਪਾਂ ਰਿਵਰਸ ਸੈਕਸ਼ਨ ਕਹਿ ਦਿੰਨੇ ਆ ਉਸ ਤੋਂ ਬਾਅਦ ਜੀ ਆਪਣੀ ਜਿਹੜੀ ਦੂਸਰੀ ਸਟੇਜ ਹੈ ਪ੍ਰੀ ਆਪਰੇਸ਼ਨਲ 2 ਤੋਂ ਲੈ ਕੇ 7 ਸਾਲ ਇਸ ਇਜ਼ कॉल्ड ਐਸ ਪ੍ਰੀ ਆਪਰੇਸ਼ਨਲ ਚਾਈਲਡ ਹੈਵ ਨਾਟ ਮਾਸਟਰਡ ਦੀ ਐਬਿਲਿਟੀ ਟੂ ਪਰਫਾਰਮ ਇਹਦੇ ਵਿੱਚ ਹਲੇ ਮਾਸਟਰ ਨਹੀਂ ਹੋਇਆ 멘ਟਲ ਆਪਰੇਸ਼ਨਸ ਨੂੰ 멘ਟਲ ਐਕਟੀਵਿਟੀਆਂ ਨੂੰ ਪਰਫਾਰਮ ਕਰਨ ਵਾਸਤੇ ਡਿਊਰਿੰਗ ਦਿਸ ਸਟੇਜ ਇਜ਼ ਗਵਰਨਡ ਬਾਈ ਵਾਟ ਇਜ਼ ਸੀਨ ਰੈਦਰ ਦੈਨ ਬਾਈ ਦੀ ਲੌਜੀਕਲ ਪ੍ਰਿੰਸੀਪਲ ਹੁਣ ਉਹ ਲੌਜੀਕਸ ਨੂੰ ਨਹੀਂ ਸਮਝੇਗਾ ਜੋ ਚੀਜ਼ ਉਹ ਦੇਖੇਗਾ ਉਹੀ ਚੀਜ਼ ਕਰੇਗਾ ਜੋ ਚੀਜ਼ ਦੇਖੇਗਾ ਲਿਖਿਆ 스테이지 ਇਸ ਗਵਰਨਡ ਬਾਏ ਵਾਟ ਇਜ਼ ਸੀਨ ራਦਰ ਥੈਨ ਲੌਜੀਕ ਉਹਨਾਂ ਬੱਚੇ ਨੂੰ ਨਹੀਂ ਲੌਜੀਕ ਦਾ ਪਤਾ ਹੁੰਦਾ ਕਿ ਇਹ ਚੀਜ਼ ਗਰਮ ਹੈ ਠੰਡੀ ਹੈ ਕੌੜੀ ਹੈ ਜੈਸਾ ਨੁਕਸਾਨ ਹੋ ਜਾਏਗਾ ਬਸ ਉਹੀ ਪਲੇజర్ ਪ੍ਰਿੰਸੀਪਲ ਕੀ ਨਹੀਂ ਜੀ ਜੋ ਕ ਦੇਖ ਲਿਆ ਬਸ ਉਹ ਕਰ ਲਿਆ ਉਹਨਾਂ ਨੇ ਇਮਿਟੇਸੀ ਇਮਿਟੇਸ਼ਨ ਕਹਦਾ ਨੇ ਨਕਲ ਮਾਰਨਾ ਪਹਿਲਾ ਫੰਕਸ਼ਨ ਹੈ ਜੀ ਇਸੇ 스테이지 ਦਾ ਸਿਮੈਂਟਿਕ ਫੰਕਸ਼ਨ ਡਿਊਰਿੰਗ ਦੀ 스테이지 ਚਾਈਲਡ ਡਵੈਲਪਸ ਦੀ ਅਬਿਲਿਟੀ ਟੂ ਥਿੰਕ ਯੂਜ਼ਿੰਗ ਸਿੰਬਲ ਐਂਡ ਸਾਈਨ ਹਾਂਜੀ ਇਹ ਵਰਡ ਅੰਡਰਲਾਈਨ ਕਰ ਲਓ ਜੀ ਕਾਪੀ ਤੇ ਸਿੰਬਲ ਐਂਡ ਸਾਈਨ ਕਿਹੜੀ ਸਟੇਜ ਚ ਪੁੱਛਿਆ ਜਾਂਦਾ ਹੈ ਪ੍ਰੀ ਆਪਰੇਸ਼ਨ ਸਿੰਬਲ ਰੀਪਰ ਐਂਡ ਸਮਥਿੰਗ ਸਮਥਿੰਗ ਐਲਸ ਸਮਵਨ ਐਲਸ ਐਗਜ਼ੈਂਪਲ ਅ ਡਾਲ ਸਿੰਬਲਾਈਜ਼ਸ ਅ ਬੇਬੀ ਹੁਣ ਤੁਸੀਂ ਦੇਖਿਆ ਛੋਟੇ ਬੱਚੇ ਜਦੋਂ ਕੋਈ ਫੋਟੋ ਕੱਚ ਬੰਦੇ ਜਾਂ ਕੁਝ ਰੱਖਦੇ ਆ ਕੁਝ ਖਾਣਾ ਵੀ ਖਾਂਦੇ ਨਹੀਂ ਜੀ ਪਹਿਲੇ ਮੈਂ ਇਸ ਡਾਲ ਨੂੰ ਇਸ ਟੌਏ ਨੂੰ ਖਵਾਣਾ ਹੈ ਅ ਚਾਈਲਡ অর ਐਨ ਅਡਲਟ ਈਗੋਸੈਂਟ੍ਰਿਜ਼ਮ ਪਹਿਲਾ ਸਮੈਂਟਿਕ ਸਮਝ ਆ ਗਿਆ ਕਿ ਜੋ ਵੀ ਟੋਆ ਆ ਉਹਦੇ ਨਾਲ ਉਹੀ ਸਾਨੂੰ ਬੁੱਤੀ ਜੁੜ ਜੇਗੀ ਬੱਚੇ ਦੀ ਬੋਬੋਡੋਲ ਐਕਸਪੈਰੀਮੈਂਟ ਵੀ ਕਰਾਂਗੇ ਜੀ ਐਲਬਰਟ ਬੰਡੂਰਾ ਵਾਲਾ ਈਗੋਸੈਂਟ੍ਰਿਜ਼ਮ ਥਿਸ ਇਜ਼ ਕੈਰੈਕਟਰਾਈਜ਼ਡ ਬਾਈ ਈਗੋ ਜਿਹੜੀ ਆਪਾਂ ਈਗੋ ਕਹਿੰਦੇ ਨੇ ਚਾਈਲਡ ਬਲੀਵ ਥੈਟ देयर ਥਿੰਕਿੰਗ ਇਜ਼ ਓਨਲੀ ਵੇ ਟੂ ਥਿੰਕ ਉਹਨਾਂ ਨੂੰ ਲੱਗਦਾ ਕਿ ਮਾਤਾ ਪਿਤਾ ਜਾਂ ਕੋਈ ਹੋਰ ਜੋ ਵੀ ਸੁਸਾਇਟੀ ਦੇ ਵਿੱਚ ਕਹਿ ਰਿਹਾ ਠੀਕ ਹੈ ਹੁਣ ਆਪਾਂ ਕਹਿੰਦੇ ਕਿ ਨਹੀਂ ਇਹ ਤਾਂ ਖਾਈ ਨਹੀਂ ਰਿਹਾ ਜੇ ਤੁਸੀਂ ਦੇਖੋ ਲੌਜੀਕਲ ਪ੍ਰਿੰਸੀਪਲ ਦੇ ਹਿਸਾਬ ਨਾਲ ਡੋਲ ਦਾ ਖਾਣਾ ਨਹੀਂ ਖਾਏਗੀ ਆਪਾ ਪੁੱਛਦੇ ਨੇ ਹਾਂਜੀ ਬੱਚੇ ਖਾਣਾ ਖਾ ਲਿਆ ਜੀ ਹਾਂਜੀ ਪਹਿਲੇ ਮੇਰੀ ਡਾਲ ਖਾਏਗੀ ਫਿਰ ਮੈਂ ਖਾऊंगी ਤਾਂ ਉਹ ਚੀਜ਼ ਹੈ ਲੌਜੀਕਲ ਪ੍ਰਿੰਸੀਪਲ ਨੂੰ ਛੱਡ ਕੇ ਉਹ ਆਪਦੀ ਈਗੋ ਤੇ ਕਿ ਨਹੀਂ ਜੀ ਇਹ ਸੋ ਰਹੀ ਹੈ ਡਾਲ ਜਾਂ ਇਹ ਕੰਮ ਕਰ ਰਹੀ ਹੈ ਜਾਂ ਇਸ ਤਰੀਕੇ ਨਾਲ ਬੱਚੇ ਉਸ ਨੂੰ ਗੋਦੀ ਦੀ ਤਰ੍ਹਾਂ ਉਵੇਂ ਕੈਰੀ ਕਰਨਾ ਜਿਵੇਂ ਪੇਰੈਂਟਸ ਨੇ ਉਹਦੀ ਕੇਅਰ ਕੀਤੀ ਹੈ ਬੱਚੇ ਦੀ ਹਾਂਜੀ ਡੀ ਸੈਂਟਰਿੰਗ ਪ੍ਰੀ ਆਪਰੇਸ਼ਨਲ ਚਾਈਲਡ ਹੈਜ਼ ਡਿਫਿਕਲਟੀ ਇਨ ਸੀਇੰਗ ਮੋਰ ਦੈਨ ਵਨ ਡਾਈਮੈਂਸ਼ਨ ਬਹੁਤ ਸਾਰੀਆਂ ਚੀਜ਼ਾਂ ਉਹਨੂੰ ਦੇਖਣੀਆਂ ਡੀ ਸੈਂਟਰਿੰਗ ਮਤਲਬ ਇੱਕ ਚੀਜ਼ ਨੂੰ ਧੂਰੀ ਨਹੀਂ ਬਣਾਣਾ ਹੋਰ ਅਲੱਗ-ਅਲੱਗ ਪੁਆਇੰਟ ਤੇ ਜਾਣਾ ਮੈਂ ਫੇਰ ਉਹੀ ਪ੍ਰੋਮਿਸ ਤੁਹਾਨੂੰ ਕਰ ਰਿਹਾ ਕਿ ਕੱਲੀ-ਕੱਲੀ ਚੀਜ਼ ਇਸ ਥਿਊਰੀ ਦੇ ਅੰਦਰ ਹੈਗੀ ਹੈ ਉਵੇਂ ਇੱਥੇ ਤੁਹਾਨੂੰ ਪੜਾਇਆ ਉਵੇਂ ਹੀ ਆਪਾਂ ਵੀਡੀਓ ਕੋਰਸ ਦੇ ਅੰਦਰ ਪੜਾਇਆ ਤੇ ਇਹ ਸਾਰੇ ਸ਼ਬਦ ਤੁਹਾਨੂੰ ਐਗਜ਼ਾਮ ਦੇ ਵਿੱਚ 100% ਚਾਂਸਸ ਨੇ ਪੂਰੇ ਮਿਲਣ ਦੇ ਤਾਂ ਕੱਲਾ-ਕੱਲਾ ਪੁਆਇੰਟ ਨੂੰ ਕਲੀਅਰ ਕਰਨਾ ਬਹੁਤ ਸਾਰੀਆਂ ਚੀਜ਼ਾਂ ਪੀਡੀਐਫ ਵਾਈਜ਼ ਐਕਸ ਵਾਈਜ਼ ਐਡ ਪਲੇਟਫਾਰਮ ਤੇ ਨਹੀਂ ਹੁੰਦਾ ਕਿਉਂਕਿ ਇੱਕ ਸਿਰਫ ਕਵਰ ਕਰਨਾ ਹੁੰਦਾ ਜਾਂ ਸਿਰਫ ਉਹ ਇੱਕ ਇੱਕ ਇਕੱਲਾ ਇਕੱਠ ਕਰਨਾ ਹੁੰਦਾ ਆਪਾਂ ਇਕੱਠ ਨਹੀਂ ਕਰ ਰਹੇ ਆਪਾਂ ਤੁਹਾਡਾ ਸਿਰਫ ਇੱਥੇ ਕੋਈ ਜੋ ਕੋਈ ਐਕਸ ਵਾਈ ਜ਼ेड ਆਪਾਂ ਗੱਲ ਨਹੀਂ ਕਰਾਂਗੇ ਸਿਰਫ ਇੱਕ ਚੀਜ਼ ਦੀ ਗੱਲ ਕਰਾਂਗੇ ਕਿ ਜੀ ਤੁਹਾਡਾ ਇਗਜ਼ਾਮ ਕੁਆਲੀਫਾਈ ਹੋਣਾ ਚਾਹੀਦਾ ਹੈ ਹੋ ਗਿਆ ਜੀ ਡੀਸੈਂਟਰਿੰਗ ਸਿਰਫ ਇੱਕ ਪਦਰ ਦੇ ਆਸੇ ਪਾਸੇ ਕਈ ਡੀਸੈਂਟਰ ਕਰਕੇ ਪੜ੍ਹਾਉਂਦੇ ਆਪਾਂ ਸਿਰਫ ਸੈਂਟਰਾਈਜੇਸ਼ਨ ਕੀ ਹੈ ਜੀ ਸੀਡੀਪ ਦੇ ਵਿੱਚੋਂ ਵੱਧ ਤੋਂ ਵੱਧ ਨੰਬਰ ਸਕੋਰ ਕਰਨੇ ਇਟ ਇਜ਼ ਕਾਲਡ ਐਸ ਡੀਸੈਂਟਰਿੰਗ ਐਨੀਮਿਜ਼ਮ ਚਿਲड्रन ਟੈਂਡਸ ਟੂ ਰੈਫਰ ਇਨ ਐਨੀਮੇਟ ਆਬਜੈਕਟਸ ਇਫ ਦੇ ਹੈਵ ਲਾਈਫ ਲਾਈਕ ਕੁਆਲਿਟੀਆਂ অর ਕੈਪੇਬਲ ਆਫ ਵੀ ਐਕਸ਼ਨਸ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਡਾਲ ਦੇ ਰਿਗਾਰਡਿੰਗ ਕੀਤੀਆਂ ਉਹ ਇਹ ਰੈਫਰ ਕਰਦੇ ਆ ਇਨ ਐਨੀਮੇਟਡ ਕਿ ਜਿਵੇਂ ਉਹ ਕਰ ਰਹੇ ਆ ਉਹ ਚੀਜ਼ਾਂ ਆਪਾਂ ਨੇ ਕਹਿੰਦੇ ਯਾਰ ਇਹ ਕਿਦਾਂ ਮਤਲਬ ਹਿਊਮਨ ਬੀਂਗ ਦੀ ਤਰ੍ਹਾਂ ਨਹੀਂ ਬਿਹੇਵ ਕਰ ਰਿਹਾ ਬੱਚਾ ਕੁਝ ਹੋਰ ਤਰੀਕੇ ਨਾਲ ਚਿਲਨ ਟੈਂਡ ਟੂ ਰੈਫਰ ਇਨ ਐਮੀਟੇਡ ਉਹ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦੇ ਆ ਇਫ ਦੇ ਹੈਵ ਲਾਈਫ ਲਾਈਕ ਕੁਆਲਿਟੀਆਂ ਆਰ ਕੈਪੇਬਲ ਆਫ ਐਕਸ਼ਨ ਜਿਵੇਂ ਬੱਚੇ ਹੁਣ ਲੇਟ ਜਾਣਾ ਉਹ ਤਾਂ ਹੁਣ ਹਿਊਮਨ ਦੇ ਵਿੱਚ ਟੈਂਡੈਂਸੀ ਨਹੀਂ ਹੈਗੀ ਬਟ ਫਿਰ ਆਪਾਂ ਕਹਿੰਦੇ ਇਨ ਐਨੀਮੇਟੇਡ ਸੀਰੀਏਸ਼ਨ ਲਗ ਲਗ ਸਟੈਪਸ ਲਗ ਲਗ ਵੇਜ਼ ਅਬਿਲਿਟੀ ਆਫ ਕਲਾਸੀਫਿਕੇਸ਼ਨ ਗਰਪ ਆਫ ਆਬਜੈਕਟਸ ਹੁਣ ਬੱਚੇ ਨਹੀਂ ਆਉਂਦੇ ਤਾਂ ਆ ਇੱਥੇ ਰੱਖ ਲੈ ਇੱਥੇ ਰੱਖ ਲੈ ਇੱਥੇ ਰੱਖ ਲੈ ਹੈ ਨਾ ਇਸ ਸਾਈਡ ਤੇ ਕਰ ਲੈ ਤਾਂ ਉਹਨੂੰ ਸੀਰੀਏਸ਼ਨ ਕਹਦੇ ਨੇ ਇਹ ਕਿਹੜੀ ਸਟੇਜ ਹੈ ਪ੍ਰੀ ਆਪਰੇਸ਼ਨਲ ਸਟੇਜ ਹੈ ਜਿਹਦੇ ਵਿੱਚ ਮੈਂਟਲ ਨੇ ਪ੍ਰੋਪਰ ਤਾਂ ਨਹੀਂ ਹੁੰਦਾ ਲੇਕਿਨ ਕੰਮ ਕਰਨਾ ਜ਼ਰੂਰ ਸ਼ੁਰੂ ਕਰਦਾ ਹੈ ਕਨਜ਼ਰਵੇਸ਼ਨ ਇਟ ਰੈਫਰਸ ਟੂ ਅੰਡਰਸਟੈਂਡਿੰਗ ਥੈਟ ਸਰਟਨ ਪ੍ਰੋਪਰਟੀਜ਼ ਆਫ ਐਨ ਆਬਜੈਕਟ ਰੇਮੇਨ ਸੇਮ ਡਿਸਪਾਈਟ ਅ ਚੇਂਜ ਇਨ देयर ਅਪੀ ਰੈਸ ਨੂੰ ਕੁਝ ਚੀਜ਼ਾਂ ਬੱਚੇ ਦੇ ਦਿਮਾਗ ਦੇ ਵਿੱਚ ਘਰ ਕਰ ਜਾਂਦੀ ਹੈ ਆਪਾਂ ਕਹਿੰਦੇ ਕਨਜ਼ਰਵ ਹੋ ਗਿਆ ਜੀ ਜੰਮ ਗਿਆ ਫਸ ਗਿਆ ਉੱਥੇ ਕਿ ਉਹ ਚੀਜ਼ ਉੱਥੇ ਹੀ ਰਹੇਗੀ ਕਿਉਂਕਿ ਮੈਂਟਲ ਅਬਿਲਟੀ ਦੇ ਵਿੱਚ ਬੱਚਿਆਂ ਦੇ ਆ ਚੁੱਕੀ ਹੈ ਇਸ ਕਰਕੇ ਆਪਾਂ ਕਹਿੰਦੇ ਕਿ ਮਾਰਨਾ ਨੇ ਜੀ ਕਿਉਂ ਬੱਚੇ ਦੇ ਵੱਜਿਆ ਐਸੇ ਉਹ 2 ਤੋਂ 5 ਸਾਲ ਦੀ ਉਮਰ ਦੇ 7 ਸਾਲ ਦੇ ਉਹ ਤੱਕ 5 ਸਾਲਾਂ ਦੇ ਪੀਰੀਅਡ ਦੇ ਵਿੱਚ ਤਾਂ ਫਿਰ ਉਹ ਬੱਚੇ ਮਨ 'ਚ ਘਰ ਕਰ ਜੇਗੀ ਫਿਰ ਉਹੀ ਡਰਨਾ ਸ਼ੁਰੂ ਹੋ ਜਾਏਗਾ ਮਿਸਟਰਸਟ ਪੈਦਾ ਹੋਏਗਾ ਫਿਰ ਉਹ ਐਂਡ ਤੇ ਉਹੀ ਟੁੱਟਣਾ ਸ਼ੁਰੂ ਹੋ ਜਾਏਗਾ ਇਸ ਕਰਕੇ ਆਪਾਂ ਰੀਇਨਫੋਰਸ ਕਰਨਾ ਹੈ ਪਿਆਰ ਨਾਲ ਸਮਝਾਉਣਾ ਹੈ ਮਾਈਂਡ ਨੂੰ ਚੇਂਜ ਕਰਨਾ ਹੈ ਮਾਰਨਾ ਕੋਈ ਸੋਲੂਸ਼ਨ ਨਹੀਂ ਮੈਂ ਤੁਹਾਨੂੰ YouTube ਤੇ ਇਹ ਗੱਲ ਕਹਿ ਰਿਹਾ ਕੋਈ ਸੋਲੂਸ਼ਨ ਹੈ ਜੇ ਮਾਰਨਾ ਕੰਕਰੀਟ ኦਪਰੇਸ਼ਨਲ ਠੋਸ ਜੀ 7 ਤੋਂ 11 ਐਟ ði ਸਟੇਜ ਚਾਈਲਡ ਇਜ਼ ਕਨਸਰਨਡ ਵਿਦ ði ਇੰਟੀਗ੍ਰੇਸ਼ਨ ਆਫ ਸਟੇਬਿਲਿਟੀ ਉਹ ਚੀਜ਼ਾਂ ਜਿਹੜੇ ਮਾਈਂਡ ਦੀਆਂ ਹਨ ਉਹਨੂੰ ਇੰਟੀਗ੍ਰੇਟ ਕਰੇਗਾ ਬਹੁਤ ਸਾਰੀਆਂ ਚੀਜ਼ਾਂ ਨਾਲ ਐਡ ਕਰਕੇ ਦੇਖੇਗਾ ਦੂਸਰੀ ਸਟੇਜ ਵੀ ਕੰਪਲੀਟ ਕਰ ਲਈ ਪਹਿਲੀ ਵੀ ਕੰਪਲੀਟ ਕਰ ਲਈ ਤੀਸਰੀ ਤੇ ਆ ਗਏ ਜੀ ਕੰਕਰੀਟ ኦਪਰੇਸ਼ਨਲ ਹੀ ਲਰਨਸ ਟੂ ਐਡ ਲੋ ਜੀ ਐਡ ਕਰਨਾ ਸਿੱਖ ਗਿਆ ਸਬਟਰੈਕਟ ਹੁਣ ਤੁਸੀਂ ਇਹ ਨਹੀਂ ਕਹਿਣਾ ਜੀ ਕਮੈਂਟ ਦੇ ਕਿ ਨਹੀਂ ਸਰ ਸਾਡੇ ਬੱਚੇ ਦਾ 5 7 ਸਾਲਾਂ ਚ ਵੀ ਸਿੱਖ ਲਿਆ ਸੀ ਜ਼ਿਆਦਾ ਤੌਰ ਤਰਤੇ ਇਹ ਤਿੰਨ ਬੱਚੇ ਆਪਦਿਆਂ ਨੂੰ ਹੀ ਉਹਨਾਂ ਨੇ ਜੀਨ ਪਿਆਜੇ ਨੇ ਅਬਜ਼ਰਵ ਕੀਤਾ ਮੋਸਟਲੀ ਇਹ ਚੀਜ਼ ਹੁੰਦੀ ਹੈ ਕੰਕਰੀਟ ਆਪਰੇਸ਼ਨਲ ਤੇ ਟੂ ਐਡ ਸਬਟਰੈਕਟ ਮਲਟੀਪਲਾਈ ਐਂਡ ਡਿਵਾਈਡ ਹੀ অর ਸ਼ੀ ਇਜ਼ ਇਨ ਅ ਪੋਜੀਸ਼ਨ ਇਹ ਪਿਆਜੇ ਦੇ ਹਿਸਾਬ ਨਾਲ ਲਿਖਿਆ ਹੋਇਆ ਤੁਸੀਂ ਇਹ ਨਹੀਂ ਕਹਿਣਾ ਸਰ ਤੁਸੀਂ ਹੀ অর ਸ਼ੀ ਕਿਉਂ ਨਹੀਂ ਲਿਖਿਆ ਠੀਕ ਹੈ ਪੋਜੀਸ਼ਨ ਟੂ ਕਲਾਸੀਫਾਈ ਕੰਕਰੀਟ ਆਬਜੈਕਟਸ ਇਨ ਸ਼ਾਰਟ ਚਿਲड्रन ਡਵੈਲਪ ਦੀ ਅਬਿਲਿਟੀਜ਼ ਆਫ ਰੈਸ਼ਨਲ ਮਤਲਬ ਇਥੇ ਹੁਣ ਉਹ ਕੀ ਕਰਨਾ ਸ਼ੁਰੂ ਕਰ ਦਿੰਦੇ ਆ ਜੀ ਰੈਸ਼ਨਲ ਦਾ ਮਤਲਬ ਨਾਲ ਦੇ ਨਾਲ ਲਿਖ ਲਓ ਕੋਈ ਵੀ ਪੁਆਇੰਟਸ ਉਹਨੂੰ ਚਲਦੇ ਚਲਦੇ ਪੜ੍ਹਦੇ ਪੜ੍ਹਦੇ ਜੇ ਤੁਸੀ ਇਸ ਵੀਡੀਓ ਨੂੰ ਸੁਣਨਾ ਹੈ ਕੋਈ ਪੁਆਇੰਟ ਰਹਿ ਗਿਆ ਬਿਲਕੁਲ ਐਡਵਾਈਜ਼ੇਬਲ ਹੈ ਕਿ ਤੁਸੀ ਉਹਨੂੰ ਕਮੈਂਟ ਦੇ ਵਿੱਚ ਲਿਖ ਦਿਓ ਸਰ ਇਹ ਸਾਨੂੰ ਦੁਬਾਰਾ ਦੱਸ ਦਿਓ ਅਗਲੀ ਕਲਾਸ ਦੇ ਵਿੱਚ ਆਪਾਂ ਜੋ ਰਿਵੀਜ਼ਨ ਕਰਾਂਗੇ ਕੁਐਸਚਨ ਦੇ ਨਾਲ ਕੁਐਸਚਨ ਕਰਾਂਗੇ ਜੇ ਅਗਲੀ ਸਲਾਈਡ ਦੇ ਅੰਦਰ ਬਟ देयर ਥਿੰਕਿੰਗ ਇਜ਼ ਟਾਈਡ ਟੂ ਦੀ ਬਟ ਉਹਨ ਉਥੇ ਹੀ ਫਸੇ ਰਹਿੰਦੇ ਕਿ ਨਹੀਂ ਜੀ ਇਹ ਇਦਾਂ ਹੀ ਲੈਣਾ ਜਿਵੇਂ ਹੁਣ ਕਈ ਬੱਚਿਆਂ ਦੀ ਇਹ ਥਿੰਕਿੰਗ ਬਣ ਨਹੀਂ ਚੁੱਕੀ ਹੈ ਕਿ ਖਾਣਾ ਕਿਵੇਂ ਖਾਣਾ ਹੈ ਜੀ ਫੋਨ ਦੇਖ ਕੇ ਟੀਵੀ ਦੇਖ ਕੇ ਲੈਪਟਾਪ ਦੇਖ ਕੇ ਕਾਰਟੂਨ ਦੇਖ ਕੇ ਉਹ ਕੀ ਬਣ ਗਈ ਜੀ ਕੰਕਰੀਟ ኦਪਰੇਸ਼ਨਲ ਥਿੰਕਿੰਗ ਬਣ ਗਈ ਮੂੰਹ ਉਧਰ ਹੁੰਦਾ ਜੀ ਮਾਉਥ ਚੱਲ ਰਿਹਾ ਹੁੰਦਾ ਪੇਰੈਂਟਸ ਖਾਣਾ ਖਵਾ ਰਹੇ ਹੁੰਦੇ ਆ ਫਾਰਮਲ ኦਪਰੇਸ਼ਨਲ 11 ਐਂਡ ਅਬਵ ਕਿਉਂਕਿ ਕੁਝ ਚੀਜ਼ਾਂ ਬੇਸ ਇੱਥੇ ਸ਼ੁਰੂ ਹੋ ਜਾਂਦਾ ਫਿਰ ਇਹ 11 ਤੋਂ ਸ਼ੁਰੂ ਹੁੰਦੀ ਹੈ ਜੀ ਉਨ ਸ ਨੂੰ ਮੈਂ ਗੱਲ ਦੱਸਤੀ ਜਿਹੜਾ ਤੀਸਰਾ ਚੌਥਾ ਸਵਾਲ ਜੀ ਕਿਹੜਾ ਆ ਗਿਆ ਜੀ ਕੰਕ੍ਰੀਟ ਆਬਜੈਕਟ ਰੈਸ਼ਨਲ ਥਿੰਕਿੰਗ ਤੇ ਕਿਸ ਆਬਜੈਕਟ ਨਾਲ ਇਹ ਜੁੜੀ ਹੁੰਦੀ ਹੈ ਫਾਰਮਲ ოਪਰੇਸ਼ਨਲ ਸਾਰੀ ਥਿਉਰੀ ਆਪਾਂ ਕਵਰ ਕਰ ਲਿੱਤੀ ਹੈ ਜੀ ਪਿਆਜੇ ਵਾਲੀ ਥਿਸ ਟਾਈਪ ਇਜ਼ ਕੈਰੇਕਟਰਾਇਜ਼ਡ ਬਾਈ ਦੀ ਅਮਰਜੈਂਸ ਆਫ ਲੌਜੀਕਲ ਥਿੰਕਿੰਗ ਲੋ ਜੀ ਲੌਜੀਕਲ ਥਿੰਕਿੰਗ ਵੀ ਆ ਗਈ ਤੇ ਨਾਲ ਤਰਕ ਵੀ ਆਪਾਂ ਦੇਣਾ ਸ਼ੁਰੂ ਕਰਕੇ ਉੱਪਰ ਵਾਲੇ ਸਿਰਫ ਸੋਚ ਸੀਗੀ ਏ ਕਿਸੇ ਚੀਜ਼ ਨਾਲ ਜੁੜੀ ਹੋਈ ਸੀਗੀ ਉੱਪਰ ਵਾਲੇ ਥਰਡ ਸਟੇਜ ਲੇਕਿਨ ਹੁਣ ਆਪਾਂ ਜਦੋਂ 4 ਸਟੇਜ ਤੇ ਪਹੁੰਚ ਗਏ ਆਪਾਂ ਰੀਜ਼ਨਿੰਗ ਦੇਣਾ ਵੀ ਸ਼ੁਰੂ ਕਰ ਦਿੱਤਾ ਅਦਰ ਇੰਪੋਰਟੈਂਟ ਕಾಗ್ਨੀਟਿਵ ਅਟੇਨਮੈਂਟਸ ਮਤਲਬ ਦਿਮਾਗ ਦੇ ਵਿੱਚ ਜੋ ਮਾਈਂਡ ਦੇ ਵਿੱਚ ਚੀਜ਼ਾਂ ਆਣ ਗਿਆ ਅਟੇਨਮੈਂਟ ਦਾ ਮਤਲਬ ਜੋ ਚੀਜ਼ਾਂ ਆਣ ਗਈਆਂ ਡਿਊਰਿੰਗ ਥਿਸ ਪੀਰੀਅਡ ਆਰ ਕਿਹੜੀ ਕਿਹੜੀ ਆਊਗੀ ਅਬਿਲਿਟੀ ਟੂ ਥਿੰਕ ਅਬਾਊਟ ਦੀ ਹਾਈਪੋਥੈਟিক্যাল ਪੋਸੀਬਿਲਿਟੀਜ਼ ਬੱਚੇ ਨੂੰ ਸੋਦੇ ਹਾਈਪੋਥੈਟিক্যাল ਆਫ ਦੀ ਫੈਂਟਸੀ ਵਰਲਡ ਚ ਜਹਾਜ਼ ਠੀਕ ਹੈ ਕਿਤੇ ਘੁੰਮਣਾ ਕੋਈ ਹੋਰ ਮਾਈਂਡ ਦੇ ਵਿੱਚ ਉਹਨਾਂ ਦੇ ਹਾਈਪੋਥੈਟিক্যাল ਹੁੰਦੇ ਟੈਂਟੇਟਿਵ ਸਟੇਟਮੈਂਟਸ ਹੁੰਦੀਆਂ ਆਪਦੇ ਆਪ 'ਚ ਹੀ ਕੁਛ ਨਾ ਕੁਛ ਕਰਦੇ ਰਹਿਣਗੇ ਦੇਖਿਆ ਨਾ ਪ੍ਰਾਈਵੇਟ ਸਪੀਚ ਇਨਰਸ ਵਿੱਚ ਇਹ ਵੀ ਕਰਾਂਗੇ ਕਿ ਅਬ ਕੁਝ ਬੱਚੇ ਆਪਦੇ ਆਪ 'ਚ ਹੀ ਬੋਲਦੇ ਰਹਿੰਦੇ ਆਪ ਹੀ ਖੇੜਦੇ ਨੇ ਪੇਰੈਂਟਸ ਗਏ ਕਿ ਕੀ ਕਰ ਰਹੇ ਨੇ ਇਹ ਬੱਚੇ ਕੁਛ ਨਹੀਂ ਨਹੀਂ ਦੱਸਣਗੇ ਆਪਦੀ ਇੱਕ ਸਪੀਚ ਹੁੰਦੀ ਹੈ ਤਾਂ ਉਹ ਹਾਈਪੋਥੈਟিক্যাল ਆ ਗਿਆ ਐਂਡ ਟੂ ਸੋਲਵ ਪ੍ਰੋਬਲਮ ਥਰੂ ਲੌਜੀਕਲ ਡਿਡਕਸ਼ਨ ਉਹ ਹੀ ਕਿ 2+2=4 ਹੈ ਜਾਂ ਕੋਈ ਫਾਰਮੂਲਾ ਲਾ ਕੇ ਕਿਉਂਕਿ 11 ਐਂਡ ਅਬ ਅਬ ਹੋ ਚੁੱਕੇ ਨੇ ਐਂਡ ਇਨ ਅ ਸਿਸਟਮੈਟਿਕ ਮਨ ਕਰਨਗੇ ਕੀ ਜੀ ਸਟੈਪ ਬਾਈ ਸਟੈਪ ਕਰਨਗੇ ਆਪਾਂ ਹੀ ਕਈ ਵਾਰ ਕਹਿ ਦਿੰਨੇ ਨਹੀਂ ਤੂੰ ਜਲਦੀ ਕਰ ਲੈ ਨਾ ਟਾਈਮ ਹੋ ਗਿਆ ਤੂੰ ਇਹਨੂੰ ਵੈਲਿਊ ਜਲਦੀ ਕੱਢ ਦੇ ਉਹ ਕਹੂਗਾ ਨਹੀਂ ਮੈਂ ਸਟੈਪ ਵਾਈਜ਼ ਸਟੈਪ ਮੈਥ ਸਿੱਖ ਗਿਆ ਆਇਆ ਉਹ ਕਹੂਗਾ ਮੈਂ ਗ੍ਰਾਫ ਇਸ ਤਰੀਕੇ ਨਾਲ ਆਪਾਂ ਦੇਖਿਆ ਨਹੀਂ ਬੱਚੇ ਡਰਾਇੰਗ ਕਰ ਰਹੇ ਹੁੰਦੇ ਆ ਪੂਰਾ ਹੈ ਸਟੈਪ ਬਾਈ ਸਟੈਪ ਪੂਰਾ ਉਹਦੇ ਵਿੱਚ ਖੁੱਭ ਗਏ ਆਪਾਂ ਕਹਿੰਨੇ ਨਹੀਂ ਜਲਦੀ ਜਲਦੀ ਕਰ ਉਹ ਜਲਦੀ ਕਰਕੇ ਹੀ ਬਹੁਤ ਸਾਰੀਆਂ ਚੀਜ਼ਾਂ ਕੀ ਹੁੰਦੀਆਂ ਹਨ ਖਰਾਬ ਹੋ ਜਾਂਦੀਆਂ ਹੁਣ ਆਪਾਂ ਜਲਦੀ ਨਹੀਂ ਕਰਾਂਗੇ ਆਪਾਂ ਪੂਰੇ ਕਰੈਕਸ ਨਾਲ ਪੂਰੇ ਫੋਕਸ ਨਾਲ ਪੜਾਂਗੇ ਇਸ ਸਟੇਜ ਆਪਣੀ ਕੰਪਲੀਟ ਹੋ ਚੁੱਕੀ ਹੈ ਜੀ ਆ ਆ ਲੋ ਜੀ ਇਹ ਹੁਣ ਆਪਣਾ ਆ ਗਿਆ ਕਨਕਲੂਜਨ ਜੀ ਇਹ ਹੁਣ ਆਪਣਾ ਆ ਗਿਆ ਕਨਕਲੂਜਨ ਮੰਨ ਲਓ ਤੁਸੀਂ ਪਹਿਲਾਂ ਜਿਹੜਾ ਵੀ ਲੈਕਚਰ ਸੁਣਿਆ ਭੁੱਲ ਗਏ ਜਾਂ ਸੁਣਿਆ ਕੋਈ ਪੁਆਇੰਟ ਰਹਿ ਗਿਆ ਸਮਝ ਆ ਗਿਆ ਆ ਸਲਾਈਡ ਨਹੀਂ ਭੁੱਲਣੀ ਇਹ ਸਲਾਈਡ ਦੇ ਵਿੱਚ ਹੀ ਛੋਡੇ 2024 ਦੇ ਸਵਾਲ ਨੇ ਮਾਰਕ ਮਾਈ ਵਰਡ ਜੀ ਸ਼ਬਦਾਂ ਨੂੰ ਬੰਨ੍ਹ ਕੇ ਰੱਖਿਓ ਸੈਂਸਰੀ ਮੋਟਰ ਜੀ ਬੱਚਾ ਬਰਥ ਤੋਂ 2 ਇਅਰਜ਼ ਕਿਹੜਾ ਕਿਹੜਾ ਸਵਾਲ ਪੁੱਛਿਆ ਗਿਆ ਇੱਥੋਂ ਇੱਥੇ ਇੱਥੋਂ ਇੱਥੇ ਯਾਰ ਰਿਵਰਸ ਆਰਡਰ ਚ ਅੰਡਰਸਟੈਂਡ ਵਰਡ ਥਰੂ ਸੈਂਸਸ ਐਂਡ ਐਕਸ਼ਨ ਕੁਛ ਚੀਜ਼ਾਂ ਸੈਂਸ ਕਰੇਗਾ ਕੁਛ ਐਕਸ਼ਨ ਦੇ ਵਿੱਚ ਐ ਪ੍ਰੀ ਆਪਰੇਸ਼ਨਲ ਦੇ ਵਿੱਚ ਗੁੜੀ ਆ ਗਈ ਜੀ 227 ਅੰਡਰਸਟੈਂਡ ਵਰਡ ਥਰੂ ਭਾਸ਼ਾ ਦੇ ਥਰੂ ਜਿਹੜੇ ਮਨ ਦੇ ਵਿੱਚ ਕੁਛ ਇਮੇਜ ਬਣੇ ਹੋਇਆ ਜੀ ਇਹ ਜਿਹੜੀ ਗੁੜੀਆ ਇਹ ਕਿਸ ਤਰੀਕੇ ਨਾਲ ਚੱਲੇਗੀ ਲੈਂਗੁਏਜ ਤੇ ਮੈਂਟਲ ਇਮੇਜਿਸ ਨਾਲ ਜਿਹੜਾ ਇਸ ਦਾ ਸਵਾਲ ਹੈ ਇਹਦੇ ਆਸ-ਪਾਸੇ ਕੋਈ ਵੀ ਸ਼ਬਦ ਹੋ ਸਕਦਾ ਕੰਕ੍ਰੀਟ ਆਪਰੇਸ਼ਨਲ ਜੀ ਕੰਕ੍ਰੀਟ ਆਪਰੇਸ਼ਨਲ ਦੇ ਅੰਦਰ 7 ਤੋਂ ਲੈ ਕੇ 12 ਅੰਡਰਸਟੈਂਡ ਥਰੂ ਲੌਜੀਕਲ ਥਿੰਕਿੰਗ ਐਂਡ ਕੈਟੇਗਰੀਜ਼ ਲੌਜੀਕਲ ਥਿੰਕਿੰਗ ਐਂਡ ਦੀ ਕੈਟੇਗਰੀਜ਼ ਫਾਰਮੂਲਾ ਆਪਰੇਸ਼ਨਲ ਡਿਵੈਲਪ ਯਰ ਆਨਵਰਡਸ ਡਿਵੈਲਪ ਹੀਅਰ ਆਨਵਰਡਸ ਆ ਗਿਆ ਜੀ ਐਂਡ ਅੰਡਰਸਟੈਂਡ ਥਰੂ ਹਾਈਪੋਥੈਟੀਕਲ ਥਿੰਕਿੰਗ ਐਂਡ ਦੀ ਸਾਇੰਟਿਫਿਕ ਰੀਜ਼ਨਿੰਗ ਸੈਂਸਰੀ ਮੋਟਰ ਸਟੇਜ ਜੀ ਬਰਥ ਤੋਂ 2 ਇਅਰਸ ਪ੍ਰੀ ਆਪਰੇਸ਼ਨਲ 2 ਟੂ 7 ਕੰਕਰੀਟ 7 ਟੂ 12 ਜੀ ਫਾਰਮਲ ਆਪਰੇਸ਼ਨਲ 12 ਇਅਰ ਆਨਵਰਡ ਤੇ ਇਹਦੇ ਵਿੱਚ ਕਿਹੜਾ ਆ ਗਿਆ ਜੀ ਹਾਈਪੋਥੈਟੀਕਲ ਆ ਗਿਆ ਜੀ ਨਾਲ ਨਾਲ ਸੈਂਟੀਫਿਕ ਰੀਜ਼ਨਿੰਗ ਆ ਗਿਆ ਤੇ ਜਿਹੜਾ 2023 ਦੇ ਵਿੱਚ ਸਵਾਲ ਪੁੱਛਿਆ ਗਿਆ ਸੀ 2024 ਸੀਟੈਟ ਦੇ ਵਿੱਚ ਵੀ ਪੁੱਛਿਆ ਗਿਆ ਸੀ ਉਹ ਇਹ ਪੁੱਛਿਆ ਗਿਆ ਸੀ ਕਿ ਸੈਂਟੀਫਿਕ ਰੀਜ਼ਨਿੰਗ ਕਿਹਾ ਹੋਊਗੀ ਜਿਦੇ ਵਿੱਚ ਬੱਚਾ ਕੀ ਕਰੇਗਾ ਫੈਕਟ ਫਿਗਰ ਦੱਸੇਗਾ ਸਿਸਟਮੈਟਿਕ ਮੈਨਰ ਦੇ ਵਿੱਚ ਚੱਲੇਗਾ ਇਹੇ ਕਨਕਲੂਜਨ ਹੈ ਜੀ ਮੋਸਟ ਮੋਸਟ ਇੰਪੋਰਟੈਂਟ ਜੀ ਇਹ ਨਹੀਂ ਛੱਡਣਾ ਤੁਸੀਂ ਹੋਪ ਇਹ ਤੁਹਾਨੂੰ ਕਲੀਅਰ ਹੋਏਗਾ ਹਾਂਜੀ ਇਹ ਸਵਾਲ ਹੈ ਜੀ ਪਹਿਲਾ ਸਵਾਲ ਹੈ ਜਿਹੜਾ ਆਪਾਂ ਅਗਲੀ ਕਲਾਸ ਦੇ ਵਿੱਚ ਕਰਨਾ ਹੈ ਇਸ ਸਵਾਲ ਦਾ ਆਨਸਰ ਤੁਸੀਂ ਕੀ ਕਰਨਾ ਹੈ ਜੀ ਜੇ ਤੁਸੀਂ ਸਾਰੀ ਚੀਜ਼ ਸਮਝ ਗਏ ਹੋ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਣਾ ਕਮੈਂਟ ਦੇ ਵਿੱਚ ਦੱਸਣਾ ਨਹੀਂ ਤਾਂ ਆਪਾਂ ਇੱਥੋਂ ਹੀ ਸ਼ੁਰੂਆਤ ਕਰਾਂਗੇ ਇਹ ਜਿਹੜੇ ਸ਼ਬਦ ਨੇ ਐਗਜ਼ਾਮ ਵਾਲੇ ਹੀ ਪ੍ਰੀवियस ਇਅਰ ਨੇ ਦੇ ਕੁਝ ਐਮਸੀਕਿਊ ਟਾਈਪ ਨੇ ਜਿਹੜੇ ਪਰਸਨਲਿ ਰੈਡੀ ਕੀਤਾ ਕਿ ਇਦਾਂ ਦਾ ਸਵਾਲ ਹੋ ਸਕਦਾ ਵਿਚ ਆਫ ਦੀ ਫੋਲੋਇੰਗ ਇੰਪਲੀਕੇਸ਼ਨ ਕਿਹੜੀ ਇੰਪਲੀਕੇਸ਼ਨ ਕਿਹੜਾ ਸਟੈਪ ਹੁਣ ਤੁਸੀਂ ਕਹੋਗੇ ਸਾਰੇ ਇਥੇ ਕੈਨ ਨਾਟ ਲਿਖਾ ਆ ਜੀ ਹਲੇ ਤਾਂ ਤੁਸੀਂ ਪਹਿਲਾ ਕੁਸ਼ਚਨ ਹੀ ਨੋਟ ਤੋਂ ਚੂਜ਼ ਕੀਤਾ ਕਿਉਂਕਿ ਐਗਜ਼ਾਮ ਦੇ ਵਿੱਚ 30 ਦੇ ਵਿੱਚੋਂ 20 ਤੋਂ ਲੈ ਕੇ 22 ਸਵਾਲ ਯੈਸ ਵਾਲੇ ਆਣਗੇ ਕੁਝ ਸਵਾਲ ਨੋਟ ਵਾਲੇ ਆਣਗੇ ਕਿ ਉੱਪਰ 네ਗੇਟਿਵ ਪੁੱਛਿਆ ਹੋਵੇਗਾ ਬਾਅਦ ਵਿੱਚ ਐਂਡ ਕੀਤਾ ਹੋਵੇਗਾ ਕੀ 네ਗੇਟਿਵ ਅਨਸਰ ਦੱਸੋ ਕਿਹੜੀ ਇੰਪਲੀਕੇਸ਼ਨ ਕਿਹੜਾ ਸਿੱਟਾ ਨਹੀਂ ਆਂਦਾ ਡਰਾਈਵ ਫਰੋਮ ਪਿਆਜੇਸ ਥਿਉਰੀ ਆਫ ਕಾಗ್ਨੀਟਿਵ ਡਵੈਲਪਮੈਂਟ ਕਿਹੜੀ ਚੀਜ਼ ਨਹੀਂ ਹੁੰਦੀ ਜੀ ਅਕਸੈਪਟੈਂਸ ਆਫ ਇੰਡੀਵਿਜੂਅਲ ਡਿਫਰੈਂਸਸ ਨਹੀਂ ਹੁੰਦੇ ਜੀ ਸੈਂਸਿਟੀਵਿਟੀ ਆਫ ਚਿਲड्रन ਰੈਡੀਨੈਸ ਟੂ ਲਰਨ ਨਹੀਂ ਹੁੰਦੀ ਜੀ ਡਿਸਕਵਰੀ ਲਰਨਿੰਗ ਨਹੀਂ ਹੁੰਦੀ ਹੁਣ ਇਹ ਚੀਜ਼ ਦੇਖਿਓ ਜਿਹੜੇ ਸ਼ਬਦ ਨੇ ਇਹ ਉਹਨਾਂ ਨਾਲ ਹੀ ਜੁੜਦੇ ਵੇ ਇਹ ਵੀ ਸਮਝਾਵਾਂਗਾ ਅਗਲੀ ਕਲਾਸ ਦੇ ਅੰਦਰ ਜਾਂ ਵਰਬਲ ਟੀਚਿੰਗ ਇਹਦਾ ਅਨਸਰ ਚੁਸੀਂ ਕਮੈਂਟ ਦੇ ਵਿੱਚ ਦੱਸਣਾ ਅਗਲੀ ਕਲਾਸ ਦੇ ਵਿੱਚ ਆਪਾਂ ਇਸੇ ਥਿਊਰੀ ਦੇ ਰਿਵੋਲਵ ਜਿਹੜੇ ਸਵਾਲ ਹੋਣਗੇ ਉਹ ਆਪਾਂ ਕਰਾਂਗੇ ਇੰਨਾ ਸ਼ਬਦਾਂ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਜੀ ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ ਟ੍ਰਿਪਲ ਏ ਬ੍ਰਾਈਟ ਅਕੈਡਮੀ ਦੇ YouTube ਚੈਨਲ ਨਾਲ ਤੇ ਨਾਲ ਨਾਲ ਇਸ ਕੋਰਸ ਦੇ ਨਾਲ ਕੋਈ ਵੀ ਪੁਆਇੰਟ ਤੁਹਾਨੂੰ ਨਹੀਂ ਸਮਝ ਆਇਆ ਤਾਂ ਪਲੀਜ਼ ਵੀਡੀਓ ਦੇ ਨੀਚੇ ਤੁਸੀਂ ਦੱਸ ਦਿਓ ਤੇ ਇਹਦਾ ਜਿਹੜਾ ਆਨਸਰ ਹੈ ਉਹ ਵੀ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਤੇ ਨੈਕਸਟ ਕਲਾਸ ਜਿਹੜੀ ਹੋਏਗੀ ਆਪਣੀ ਇਹ ਕੁਐਸਚਨ ਦੇ ਉੱਪਰ ਹੋਏਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਗਲਾ ਲਿੰਕ ਸੋਨੋ ਵੀਡੀਓ ਦਾ ਉਪਰ ਉੱਥੇ ਹੀ ਵੀਡੀਓ ਦੇ ਵਿੱਚ ਆ ਜਾਏਗਾ ਤੇ ਉਸ ਵੀਡੀਓ ਨੂੰ ਦੇਖ ਲੈਣਾ ਨਾਲ ਦੀ ਨਾਲ ਪ੍ਰੈਕਟਿਸ ਕਰਦੇ ਰਹਿਣਾ ਬਸ ਐ ਸਮਝੋ ਕਿ ਆਪਣੇ ਕੋਲ ਅਪਰੋਕਸੀਮੇਟਲੀ 65 ਦਿਨ ਹੀ ਬਚੇ ਨੇ 65 ਦਿਨ ਹੀ ਬਚੇ ਨੇ ਜਿਦੇ ਵਿੱਚ ਆਪਾਂ ਇਹ ਸਾਰਾ ਕਵਰ ਕਰਨਾ ਹੈ ਮੋਸਟ ਇੰਪੋਰਟੈਂਟ ਵੀ ਤੇ ਨਾਲ ਵੀਡੀਓਜ਼ ਦੇ ਨਾਲ ਨਾਲੇ ਕੁਸ਼ਨ ਦੇ ਨਾਲ ਕਵਰ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਉਮੀਦ ਆ ਤੁਸੀਂ ਸਿਹਤਮੰਤ ਸਵਸਥ ਰਹੋਗੇ ਤੇ ਆਪਣੇ ਪਰਿਵਾਰ ਦਾ ਤੇ ਆਪਣੀ ਡਿਊਟੀਆਂ ਜੋ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਤਰੀਕੇ ਨਾਲ ਨਿਭਾਓਗੇ ਤੇ ਇਸ ਟੌਪਿਕ ਨੂੰ ਵੀ ਬਹੁਤ ਅੱਛੇ ਤਰੀਕੇ ਨਾਲ ਲਰਨ ਕਰਕੇ ਕੁਐਸਚਨ ਦੀ ਪ੍ਰੈਕਟਿਸ ਜ਼ਰੂਰ ਕਰੋਗੇ। थैंक यू सो वेरी मच डियर स्टूडेंट्स। गॉड ब्लेस यू ऑल। डू पॉजिटिव स्टडी।